ਇਹ ਤੋਂ ਫਿਰ ਮੈਂ ਐਮਐਸਸੀ ਮੈਥਮੈਟਿਕਸ ਦੀ ਗਵਰਨਮੈਂਟ ਕਾਲਜ ਲੁਧਿਆਣੇ ਕੰਪਲੀਟ ਕੀਤੀ ਤੇ ਪੀਐਚਡੀ ਇਨ ਸਰਵਿਸ ਇੱਥੇ ਮੈਂ ਟੀਚਰ ਤੌਰ ਤੇ ਜੁਆਇਨ ਕਰ ਲਈ 87 ਵਿੱਚ ਮੇਰੀ ਉਦੋਂ ਏਜ ਸੀ 25 ਇਅਰ ਓਲਡ ਸੀਗਾ ਤੇ ਜਦੋਂ ਮੈਨੂੰ ਇੱਥੇ ਜੌਬ ਮਿਲ ਗਈ ਡੀਐਮ ਕਾਲਜ ਫਜਿਨ ਮੋਗਾ ਐਜ਼ ਲੈਕਚਰਰ ਫਿਰ ਮੈਂ ਇਨ ਸਰਵਿਸ ਆਪਣੀ ਪੀਐਚਡੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਡਾਕਟਰ ਹਨੇਕ ਸਿੰਘ ਕੈਲੇ ਜੋ ਕਿ ਗੁਰੂ ਸਰਦਾਰ ਬੀਐਡ ਕਾਲਜ ਦੇ ਪ੍ਰਿੰਸੀਪਲ ਸਨ ਉਹਨਾਂ ਦੇ ਅੰਡਰ ਮੈਂ ਪੀਐਚਡੀ ਕੰਪਲੀਟ ਕੀਤੀ ਮੇਰੇ ਬਾਅਦ ਸੰਘਾ ਸਾਹਿਬ ਨੇ ਉਹਨਾਂ ਦੇ ਅੰਡਰ ਪੀਐਚਡੀ ਕੰਪਲੀਟ ਕੀਤੀ ਡਾਕਟਰ ਕੁਸ਼ਵਿੰਦਰ ਕੁਮਾਰ ਨੇ ਉਹਨਾਂ ਕੋਲੋਂ ਹੀ ਪੀਐਚਡੀ ਡਿਗਰੀਆਂ ਪ੍ਰਾਪਤ ਕੀਤੀਆਂ ਨੇ ਸੋ ਬਹੁਤ ਵੱਡੀ ਦੇਣ ਹੈ ਸੰਸਥਾ ਦੀ ਇੱਥੋਂ ਬੀਐਡ ਐਮਐਡ ਅਤੇ ਪੀਐਚਡੀ ਵਰਗੀਆਂ ਡਿਗਰੀਆਂ ਮੈਂ ਇੱਥੋਂ ਲਈਆਂ ਨੇ ਡਿਗਰੀ ਕੋਰਸ ਆਪਣਾ ਕੰਪਲੀਟ ਕੀਤਾ ਹੈਗਾ ਉਸ ਤੋਂ ਅੱਗੇ ਗੱਲ ਕਰਦੇ ਹਾਂ ਡਿਸਿਪਲਿਨ ਦੀ ਸੋ ਡਿਗਰੀ ਕਾਲਜ ਜਾਂ ਸਾਡਾ ਬੀਐਡ ਕਾਲਜ ਸੀਗਾ ਡਿਸਿਪਲਿਨ ਬੜੀ ਸਟ੍ਰਿਕਟਨੈਸ ਹੁੰਦੀ ਸੀਗੀ ਖਾਸ ਕਰਕੇ ਬੀਐਡ ਟ੍ਰੇਨਿੰਗ ਕਾਲਜ ਵਿੱਚ ਇਹ ਨਹੀਂ ਕਿ ਜਿਹੜਾ ਮਰਜ਼ੀ ਮੁੰਡਾ ਜਿਹੜੀ ਮਰਜ਼ੀ ਕੁੜੀ ਨਾਲ ਗੱਲ ਕਰ ਲਵੇ ਇਹੋ ਜਿਹਾ ਕੁਛ ਵੀ ਨਹੀਂ ਸੀਗਾ ਉਹ ਠੀਕ ਆ ਥੋੜ੍ਹੀ ਜਿਹੀ ਫਰੈਂਕਨੈਸ ਜ਼ਰੂਰ ਹੁੰਦੀ ਸੀ ਆਪਸੀ ਜਿਹੜੀ ਕਲਾਸਰੂਮ 'ਚ ਇੰਟਰੈਕਸ਼ਨ ਜ਼ਰੂਰ ਹੁੰਦੀ ਸੀਗੀ ਲੇਕਿਨ ਥੋੜ੍ਹਾ ਜਿਹਾ ਸਟ੍ਰਿਕਟਨੈਸ ਹੁੰਦੀ ਸੀਗੀ ਕਿ ਡਿਸਿਪਲਿਨ ਇਜ਼ ਅ ਡਿਸਿਪਲਿਨ ਉਸ ਟਾਈਮ 'ਤੇ ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਪੁਰਾਣਾ ਨੌਲੇਜ ਅਤੇ ਨਿਊ ਨੌਲੇਜ ਉਹਨਾਂ 'ਚ ਆਪਾਂ ਕੋਆਰਡੀਨੇਸ਼ਨ ਡਿਵੈਲਪ ਕਰਨਾ ਚਾਹੁੰਦੇ ਹਾਂ ਉਸ ਟਾਈਮ 'ਤੇ ਜਿਹੜੇ ਸਾਡੇ ਸਟਾਫ ਮੈਂਬਰ ਸੀਗੇ ਉਹ ਆਪਣੇ ਡੈਮੋਸਟ੍ਰੇਸ਼ਨ ਲੈਸਨ ਡਿਲੀਵਰ ਕਰਦੇ ਸੀਗੇ ਜਿਵੇਂ ਅਸੀਂ ਹੁਣ ਕਰਦੇ ਹਾਂ ਉਸ ਟਾਈਮ 'ਤੇ ਇਹੀ ਹੁੰਦਾ ਸੀਗਾ ਕਿ ਸਟਾਫ ਮੈਂਬਰ ਆਪਣੇ ਆ ਕੇ ਆਪੋ ਆਪਣੇ ਫੀਲਡ ਦੇ ਲੈਸਨ ਤਿਆਰ ਕਰਕੇ ਬੱਚਿਆਂ ਨੂੰ ਐਕਚੁਅਲ ਕਲਾਸ ਦੇ ਸਟੂਡੈਂਟਸ ਬੁਲਾ ਕੇ ਲੈਸਨ ਡਿਲੀਵਰ ਕਰਦੇ ਸੀਗੇ ਉਸ ਤੋਂ ਅੱਗੇ ਸਕੂਲ ਅਲਾਟ ਕੀਤੇ ਜਾਂਦੇ ਸੀਗੇ ਮੈਨੂੰ ਉਸ ਟਾਈਮ 'ਤੇ ਮੌਕਾ ਮਿਲਿਆ ਗੌਰਮੈਂਟ ਹਾਈ ਸਕੂਲ ਨੂਰਪੁਰੇ ਕੰਮ ਕਰਨ ਦਾ ਅਤੇ ਜੋ ਸੈਕਿੰਡ ਸਾਡੀ ਟੀਚਿੰਗ ਪ੍ਰੈਕਟਿਸ ਲੱਗੀ ਟਾਲੀਵਾਲਾ ਸਕੂਲ ਰੈਕੋਟ ਉੱਥੇ ਮੌਕਾ ਮਿਲਿਆ ਟੀਚਿੰਗ ਪ੍ਰੈਕਟਿਸ ਕੰਪਲੀਟ ਕਰਨ ਦਾ ਸੋ ਜਿਹੜਾ ਗੌਰਮੈਂਟ ਹਾਈ ਸਕੂਲ ਨੂਰਪੁਰਾ ਸੀ ਉੱਥੇ ਜਦੋਂ ਸਾਡੀ ਟੀਚਿੰਗ ਪ੍ਰੈਕਟਿਸ ਚੱਲਦੀ ਬੜੇ ਅਸੀਂ ਖੁਸ਼ ਹੁੰਦੇ ਸੀਗੇ ਬੜੇ ਟਾਈਮ ਤੋਂ ਉੱਥੇ ਪਹਿਲਾਂ ਅਸੀਂ ਪਹੁੰਚ ਜਾਂਦੇ ਸੀਗੇ ਅਤੇ ਟਾਈਮ ਕੰਪਲੀਟ ਹੋਣ ਤੋਂ ਬਾਅਦ ਵੀ 10 ਮਿੰਟ ਤੋਂ ਬਾਅਦ ਅਸੀਂ ਕਿਤੇ ਉਹ ਆਪਣਾ ਸਕੂਲ ਨੂੰ ਲੀਵ ਕਰਦੇ ਸੀਗੇ ਸੋ ਦੈਟ ਮੀਨਸ ਸਾਡੀ ਇੱਕ ਸਕੂਲ ਨਾਲ ਅਟੈਚਮੈਂਟ ਹੋ ਗਈ ਸੀਗੀ ਬੱਚਿਆਂ ਨਾਲ ਅਟੈਚਮੈਂਟ ਹੋ ਗਈ ਸੀ ਅਸੀਂ ਬੱਚਿਆਂ ਨੂੰ ਕੁਛ ਨਾ ਕੁਛ ਉੱਥੇ ਦੇ ਕੇ ਜਾਈਏ ਸੋ ਉੱਥੇ ਮੈਨੂੰ ਇੱਕ ਐਕਸਪੀਰੀਅੰਸ ਸੀ ਇੱਕ ਹੈ ਮੈਨੂੰ ਯਾਦ ਹੈਗਾ ਕਿ ਉਸ ਟਾਈਮ 'ਤੇ ਕੈਂਪਸ ਵਿੱਚ ਬਹੁਤ ਸਾਰੇ ਵਰਿਕਸ਼ ਲੱਗੇ ਸੀ ਹੁਣ ਵੀ ਲੱਗੇ ਹੋਏ ਨੇ ਤਾਂ ਉੱਥੇ ਉਸ ਟਾਈਮ 'ਤੇ ਕੁਲਦੀਪ ਮਾਨਕ ਉਹ ਸਕੂਲ 'ਚ ਕੋਈ ਪਿੰਡ ਦਾ ਫੰਕਸ਼ਨ ਸੀਗਾ ਉੱਥੇ ਪਹੁੰਚੇ ਹੋਏ ਸੀਗੇ ਪਿੰਡ ਦੀ ਬਹੁਤ ਵੱਡੀ ਗੈਦਰਿੰਗ ਸੀਗੀ ਸਕੂਲ ਦੇ ਬਹੁਤ ਸਾਰੇ ਸਟੂਡੈਂਟਸ ਬੈਠੇ ਸੀਗੇ ਅਸੀਂ ਲੋਕ ਵੀ ਉੱਥੇ ਸੀਗੇ ਸਾਡੇ 'ਚੋਂ ਇੱਕ ਜਿਹੜਾ ਪਿਊਪਲ ਟੀਚਰ ਸੀ ਉਹ ਬ੍ਰਿਕਸ਼ ਉੱਪਰ ਚੜ੍ਹ ਕੇ ਉਹਨੂੰ ਦੇਖਣ ਲੱਗ ਗਿਆ ਨੀਚੇ ਬੱਚੇ ਬੈਠੇ ਬੱਚੇ ਦੇਖਣ ਉਹ ਕੁਲਦੀਪ ਮਾਨਕਾ ਜੀ ਉਹ ਬ੍ਰਿਕਸ਼ ਸਾਡੇ ਬੈਠੇ ਟੀਚਰ ਨੇ ਸੋ ਜਾਣੀ ਕਿ ਇਹੋ ਜਿਹਾ ਕੰਬੀਨੇਸ਼ਨ ਉੱਥੇ ਬਣਿਆ ਹੋਇਆ ਸੀਗਾ ਸੋ ਦੈਟ ਮੀਨਸ ਉਸ ਚੀਜ਼ਾਂ ਤੋਂ ਬੰਦਾ ਕੁਛ ਸਿੱਖਦਾ ਗਾ ਕਿ ਸਾਡਾ ਰੋਲ ਮਾਡਲ ਕਿਹੋ ਜਿਹਾ ਹੋਣਾ ਚਾਹੀਦਾ ਗਾ ਸਾਨੂੰ ਸਮਾਜ ਕਿਸ ਢੰਗ ਨਾਲ ਦੇਖਦਾ ਗਾ ਸਾਡੀ ਅੱਗੇ ਐਕਟੀਵਿਟੀ ਕਿਹੋ ਜਿਹੀ ਹੋਣੀ ਚਾਹੀਦੀ ਆ ਸੋ ਇਸ ਕਰਕੇ ਜਦੋਂ ਵੀ ਆਪਾਂ ਪੁਰਾਣੇ ਸਕੂਲ ਕਾਲਜ ਦੀ ਗੱਲ ਕਰਦੇ ਹਾਂ ਪੁਰਾਣੀ ਟ੍ਰੇਨਿੰਗ ਦੀ ਗੱਲ ਕਰਦੇ ਹਾਂ ਬਹੁਤ ਮਿਹਨਤ ਕੰਮ ਹੁੰਦਾ ਸੀਗਾ ਅਤੇ ਜਿਹੜੇ ਸਾਡੇ ਕੋਲ ਸੁਪਰਵਾਈਜ਼ਰ ਲੋਕ ਅਪੁਆਇੰਟਡ ਹੁੰਦੇ ਸੀਗੇ ਉਹ ਸਕੂਲਾਂ 'ਚ ਆ ਕੇ ਮੈਕਸੀਮਮ ਟਾਈਮ ਲੈਸਨ ਨੂੰ ਅਬਜ਼ਰਵ ਕਰਦੇ ਸੀਗੇ ਆਪਣੇ ਕਮੈਂਟਸ ਉਹਦੇ ਉੱਪਰ ਨੋਟ ਕਰ ਦਿੰਦੇ ਸੀਗੇ ਔਰ ਜਦੋਂ ਕਾਪੀ ਉੱਪਰ ਕਮੈਂਟਸ ਲਿਖੇ ਜਾਂਦੇ ਸੀ ਇੱਕ ਦੂਜੇ ਨੂੰ ਕਮੈਂਟਸ ਦਿਖਾਉਂਦੇ ਵੀ ਸੀਗੇ ਕਿ ਮੇਰੀ ਕਾਪੀ ਉੱਪਰ ਅੱਛਾ ਕਮੈਂਟਸ ਲਿਖਿਆ ਮੇਰੇ ਉੱਪਰ ਅੱਛੇ ਕਮੈਂਟਸ ਲਿਖੇ ਨੇ ਦੈਟ ਮੀਨਸ ਇੱਕ ਇਸ ਤਰ੍ਹਾਂ ਲੱਗਦਾ ਕਿ ਰੀਅਲ ਟੀਚਿੰਗ ਹੋ ਰਹੀ ਆ ਔਰ ਅਕਾਊਂਟੇਬਿਲਟੀ ਹੁੰਦੀ ਸੀ ਔਨ ਦੀ ਪਾਰਟ ਆਫ ਦ ਟੀਚਰ ਐਂਡ ਸਟੂਡੈਂਟਸ ਅਕਾਊਂਟੇਬਿਲਟੀ ਮੀਨਸ ਕਿ ਅਸੀਂ ਜੋ ਵੀ ਟੀਚਿੰਗ ਏਡ ਬਣਾਉਂਦੇ ਖੁਦ ਤਿਆਰ ਕਰਕੇ ਲੈ ਕੇ ਜਾਂਦੇ ਸੈਲਫ ਪ੍ਰਪੇਅਰ ਟੀਚਿੰਗ ਏਡਸ ਔਰ ਲੈਸਨ ਪਲਾਨ ਖੁਦ ਲਿਖਣੀ ਹੁਣ ਥੋੜ੍ਹਾ ਸਿਸਟਮ ਚੇਂਜ ਹੋ ਗਿਆ ਥੋੜ੍ਹਾ ਡੰਮੀ ਕਲਚਰ ਚੱਲ ਪਿਆ ਗਾ ਅਤੇ ਕਈ ਵਾਰ ਲੈਸਨ ਪਲਾਨ ਵੀ ਬੱਚੇ ਕੀ ਕਰਦੇ ਨੇ ਬਾਹਰੋਂ ਪੈਸੇ ਦੇ ਕੇ ਮਾਰਕੀਟ 'ਚ ਬਣਵਾ ਲੈਂਦੇ ਨੇ ਟੀਚਿੰਗ ਏਡਸ ਰੈਡੀਮੇਡ ਅਵੇਲੇਬਲ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੀ ਵਰਤੋਂ ਕਰ ਲੈਂਦੇ ਨੇ ਲੇਕਿਨ ਜੋ ਤੁਸੀਂ ਐਕਚੁਅਲੀ ਸੈਲਫ ਪ੍ਰਪੇਅਰ ਟੀਚਿੰਗ ਤਿਆਰ ਕਰੋਗੇ ਤੁਹਾਡੀ ਉਹਨਾਂ ਨਾਲ ਅਟੈਚਮੈਂਟ ਹੋਵੇਗੀ ਇਮੋਸ਼ਨਲੀ ਅਟੈਚਮੈਂਟ ਹੋਵੇਗੀ ਡਿਲੀਵਰ ਕਰ ਸਕਦੇ ਹੋ ਸੋ ਇਸ ਕਰਕੇ ਇਹ ਸਾਨੂੰ ਸਾਰੀਆਂ ਉੱਥੇ ਓਪਰਚੁਨਿਟੀਜ਼ ਮਿਲਦੀਆਂ ਸੀਗੀਆਂ ਬਹੁਤ ਸਾਰੀ ਟ੍ਰੇਨਿੰਗ ਸਿੱਖਣ ਦਾ ਮੌਕਾ ਮਿਲਿਆ ਗਾ ਸੋ ਵਰਕ ਕਰਦਾ ਗਾ ਉਹਦੀ ਵਰਕਿੰਗ ਸਟਾਈਲ ਹਾਰਡ ਵਰਕ ਨੇਚਰ ਹੈਗੀ ਆ ਤਾਂ ਹਮੇਸ਼ਾ ਫੀਲਡ 'ਚ ਕਾਮਯਾਬ ਹੁੰਦਾ ਗਾ ਉਹਨੂੰ ਕਦੇ ਵੀ ਫਰਸਟ੍ਰੇਸ਼ਨ ਨਹੀਂ ਹੁੰਦੀ ਹੁਣ ਦੇਖਦੇ ਹਾਂ ਹਰ ਪਾਸੇ ਡਿਪਰੈਸ਼ਨ ਦੇ ਕੇਸਿਸ ਵੱਧ ਰਹੇ ਨੇ ਡਿਊ ਟੂ ਇਮੋਸ਼ਨਲ ਵੀਕਨੈਸ ਉਹ ਇਮੋਸ਼ਨਲੀ ਵੀਕਨੈਸ ਕਿਉਂ ਆਈ ਆ ਦੈਟ ਮੀਨਸ ਕਲਾਸਾਂ ਚੱਲ ਪਈਆਂ ਨੇ ਔਨਲਾਈਨ ਕੰਬੀਨੇਸ਼ਨ ਹੈ ਔਫਲਾਈਨ ਕਲਾਸਾਂ ਚੱਲਦੀਆਂ ਪਈਆਂ ਨੇ ਇਸ ਕਰਕੇ ਕਿਤੇ ਨਾ ਕਿਤੇ ਜਿਹੜੀ ਪ੍ਰੋਬਲਮ ਆ ਰਹੀਆਂ ਨੇ ਬੱਚੇ ਆਈਸੋਲੇਟ ਹੋ ਗਏ ਨੇ ਸੋ ਦੈਟ ਮੀਨਸ ਉਹਨਾਂ ਨੂੰ ਸੋਸ਼ਲ ਡਿਵੈਲਪਮੈਂਟ ਦੀ ਲੈਕ ਆਫ ਸੋਸ਼ਲ ਡਿਵੈਲਪਮੈਂਟ ਦੀ ਪ੍ਰੋਬਲਮ ਆ ਚੁੱਕੀ ਆ ਸੋ ਜਿਹੜੀ ਫਰਸਟ੍ਰੇਸ਼ਨ ਹੈਗੀ ਆ ਇਹ ਕੁਦਰਤੀ ਗੱਲ ਆ ਮਾੜੀ ਮੋਟੀ ਕਿਤੇ ਨਾ ਕਿਤੇ ਹੋ ਜਾਂਦੀ ਆ ਮੈਂ ਤੁਹਾਨੂੰ ਗੱਲ ਸੁਣਾਉਣਾ ਚਾਹੁੰਦੀ ਹਾਂ ਡਾਕਟਰ
ਅਬਦੁਲ ਕਲਾਮ ਜੋ ਸਾਡੇ ਫਾਰਮਰ ਪ੍ਰੈਜ਼ੀਡੈਂਟ ਸੀ ਇੰਡੀਆ ਦੇ, ਉਹਨਾਂ ਨੇ ਜਦੋਂ ਆਪਣੀ ਡਿਗਰੀ ਕੰਪਲੀਟ ਕਰ ਲਈ, ਸਟੱਡੀ ਬਹੁਤ ਔਖੀ ਕੀਤੀ ਸੀਗੀ, ਬਹੁਤ ਮਿਹਨਤ ਉਹਨਾਂ ਨੇ ਕੀਤੀ ਸੀਗੀ, ਅਤੇ ਨਿਊਜ਼ਪੇਪਰ ਡੇਲੀ ਮਾਰਨਿੰਗ ਉਹ ਸਰਕੂਲੇਟ ਕਰਦੇ ਸੀਗੇ, ਫਿਰ ਪੈਸੇ ਇਕੱਠੇ ਹੁੰਦੇ ਸੀਗੇ, ਫਿਰ ਕਿਤੇ ਆਪਣੀ ਪੜ੍ਹਾਈ ਦਾ ਖਰਚਾ ਪੂਰਾ ਕਰਦੇ ਸੀਗੇ। ਸੋ ਅਲਟੀਮੇਟਲੀ ਉਹਨਾਂ ਨੇ ਆਪਣੀ ਸਟੱਡੀ ਪੂਰੀ ਕਰ ਲਈ। ਫਿਰ ਜਦੋਂ ਉਹਨਾਂ ਨੂੰ ਦੇਖਿਆ ਕਿ ਮੈਨੂੰ ਕਿਤੇ ਜੋਬ ਨਹੀਂ ਮਿਲਦੀ ਪਈ, ਜਿੱਥੇ ਕਿਤੇ ਜਾਂਦੇ ਸੀ ਇੰਟਰਵਿਊ 'ਚ ਉਹਨਾਂ ਦੀ ਬੈਨੀਫਿਟ ਨਹੀਂ ਪ੍ਰਾਪਤ ਹੁੰਦੇ ਸੀਗੇ। ਸੋ ਅਲਟੀਮੇਟਲੀ ਉਹਨਾਂ ਨੇ ਇੱਕ ਦਿਨ ਸੋਚਿਆ ਕਿ ਮੈਂ ਇੱਥੇ ਕੋਈ ਇੱਕ ਬਾਬਾ ਜੀ ਬੈਠੇ ਨੇ, ਕਿਤੇ ਕੋਈ ਸਮਾਧ ਬਣੀ ਹੋਈ ਸੀਗੀ, ਉੱਥੇ ਉਹ ਤਪੱਸਿਆ ਕਰਦੇ ਨੇ, ਵੀ ਮੈਂ ਅੱਜ ਉੱਥੇ ਜਾ ਕੇ ਦਰਸ਼ਨ ਕਰਿਆ ਵਾਂ, ਸ਼ਾਇਦ ਮੈਨੂੰ ਕੋਈ ਡਾਇਰੈਕਸ਼ਨ ਮਿਲ ਜਾਵੇ। ਉੱਥੇ ਉਹ ਸੰਤ ਮਹਾਤਮੇ ਆਪਣੀ ਪਾਠ ਕਰੀ ਜਾਂਦੇ ਸੀਗੇ, ਅੱਖਾਂ ਬੰਦ ਕਰਕੇ ਆਪਣਾ ਸਿਮਰਨ ਕਰ ਰਹੇ ਸੀਗੇ, ਇਹ ਵੀ ਉੱਥੇ ਜਾ ਕੇ ਬੈਠ ਗਏ 5 ਮਿੰਟ 10 ਮਿੰਟ। ਜਦੋਂ ਉਹਨਾਂ ਦੀ ਅੱਖ ਖੁੱਲ੍ਹੀ ਤਾਂ ਉਹਨਾਂ ਨੇ ਦੇਖਿਆ, ਬੇਟਾ ਕਿਵੇਂ ਬੈਠਾ? ਇਹ ਕਹਿੰਦੇ ਮੈਂ ਜੀ ਥੱਕ ਚੁੱਕਿਆ ਗਾ, ਬਹੁਤ ਮਿਹਨਤ ਕੀਤੀ ਆ, ਤਾਂ ਮੈਨੂੰ ਕੋਈ ਰਸਤਾ ਨਹੀਂ ਦਿਖਾਈ ਦੇ ਰਿਹਾ। ਉਹ ਕਹਿੰਦੇ ਬੇਟਾ ਇੱਧਰ ਨੂੰ ਚਲਿਆ ਜਾ, ਡਾਇਰੈਕਸ਼ਨ ਦੇਤੀ, ਹੱਥ ਕਰ ਦਿੱਤਾ। ਡਾਕਟਰ ਅਬਦੁਲ ਕਲਾਮ ਜੀ ਉੱਥੋਂ ਇੱਕ ਸਾਈਡ ਪਰ ਚਲੇ ਗਏ ਔਰ ਕਿਤੇ ਦੀ ਕਿਤੇ ਪਹੁੰਚ ਗਏ। ਠੀਕ ਆ, ਦੈਟ ਮੀਨਸ ਜਦੋਂ ਕਿਤੇ ਆਪਾਂ ਮਿਹਨਤ ਕੀਤੀ ਹੁੰਦੀ, ਐਕਚੁਅਲੀ ਮੇਰਾ ਕਹਿਣ ਦਾ ਪਰਪਜ਼ ਇਹ ਹੈ, ਜਦੋਂ ਆਪਾਂ ਪੂਰੀ ਆਪਣੀ ਲਾਈਫ 'ਚ ਜਿਹੜਾ ਵਰਕ ਕਲਚਰ ਅਡੋਪਟ ਕੀਤਾ ਹੁੰਦਾ, ਮਿਹਨਤ ਕੀਤੀ ਹੁੰਦੀ ਆ, ਸਾਨੂੰ ਕਿਤੇ ਨਾ ਕਿਸੇ ਰੂਪ 'ਚ ਪਰਮਾਤਮਾ ਦੇ ਰੂਪ 'ਚ ਕੋਈ ਨਾ ਕੋਈ ਪਰਸਨ ਸਾਡਾ ਹੱਥ ਗ੍ਰਿਪ ਕਰ ਲੈਂਦਾ ਗਾ ਔਰ ਸਾਨੂੰ ਠੀਕ ਰਸਤੇ ਪਰ ਲੈ ਜਾਂਦਾ ਗਾ। ਇਸ ਤਰ੍ਹਾਂ ਡਾਕਟਰ ਅਬਦੁਲ ਕਲਾਮ ਨੂੰ ਇੱਕ ਰਸਤਾ ਠੀਕ ਮਿਲ ਗਿਆ ਔਰ ਕਿਤੇ ਦੀ ਕਿਤੇ ਪਹੁੰਚ ਗਏ। ਸੋ ਦੈਟ ਮੀਨਜ਼ ਮਨੁੱਖ ਨੂੰ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਗਾ। ਇਹ ਸੀ ਸਾਡੇ ਪਹਿਲੇ ਸਕੂਲ ਦੇ ਜੋ ਟੀਚਿੰਗ ਪ੍ਰੈਕਟਿਸ ਉਸ ਟਾਈਮ 'ਤੇ ਹੋਇਆ ਕਰਦੀ ਸੀ, ਬਹੁਤ ਮਿਹਨਤ ਹੁੰਦੀ ਸੀਗੀ, ਬੜੇ ਖੁਸ਼ ਹੋ ਕੇ ਸੀ ਜੋ ਬੱਸ 'ਚ ਵੀ ਜਾਣਾ, ਆਪਣੇ ਫਾਈਲ 'ਚ ਗ੍ਰਿਪ ਕੀਤੀ ਹੁੰਦੀ, ਲੋਕਾਂ ਨੂੰ ਦਿਖਾਉਂਦੇ ਸੀ ਅਸੀਂ ਬੀਐਡ ਕਰ ਰਹੇ ਹਾਂ। ਦੈਟ ਮੀਨਜ਼ ਜਿਵੇਂ ਅੱਜ ਕੱਲ੍ਹ ISPCS ਦੀ ਤਿਆਰੀ ਹੋ ਰਹੀ ਹੈ ਇਸੇ ਪੈਟਰਨ ਦੇ ਵਿੱਚ। ਸੋ ਉਹੋ ਜਿਹਾ ਟਾਈਮ ਸੀਗਾ, ਲੇਕਿਨ ਹੁਣ ਇਹ ਨਹੀਂ ਹੈ ਕਿ ਸਾਨੂੰ ਜੋਬ ਓਪਰਚੁਨਿਟੀ ਨਹੀਂ ਹੈਗੀਆਂ, ਜੋਬ ਓਪਰਚੁਨਿਟੀ ਹੁਣ ਉਸ ਤੋਂ ਵੀ ਜ਼ਿਆਦਾ ਨੇ। ਥੋੜ੍ਹੀ ਜਿਹੀ ਸਾਨੂੰ ਆਪਣਾ ਸਟਾਈਲ ਚੇਂਜ ਕਰਨ ਦੀ ਜ਼ਰੂਰਤ ਹੈਗੀ ਆ। ਕੁਛ ਬੱਚੇ ਕੋਚਿੰਗ ਲੈਂਦੇ ਨੇ, ਕਈ ਵਾਰ ਆਪਾਂ ਕੋਚਿੰਗ ਔਨਲਾਈਨ ਕੋਚਿੰਗ ਜੁਆਇਨ ਕਰ ਲੈਂਦੇ ਹਾਂ, ਬਹੁਤ ਸਾਰਾ ਨੌਲੇਜ ਕਲੈਕਟ ਕਰ ਲੈਂਦੇ ਹਾਂ, ਲੇਕਿਨ ਘਰ ਆਪਾਂ ਸੈਲਫ ਸਟੱਡੀ ਨਹੀਂ ਕਰਦੇ। ਜਿੰਨਾ ਚਿਰ ਖੁਦ ਅਸੀਂ ਸੈਲਫ ਸਟੱਡੀ ਨਹੀਂ ਕਰਾਂਗੇ, ਉਨਾ ਚਿਰ ਸਾਨੂੰ ਉਹਦੇ ਰਿਜ਼ਲਟ ਅੱਛੇ ਨਹੀਂ ਆਉਣਗੇ। ਮੇਰਾ 32-33 ਸਾਲ ਐਕਸਪੀਰੀਅੰਸ ਆ, ਸਾਡੇ ਕੋਲ ਬਹੁਤ ਸਾਰੇ ਸਟੂਡੈਂਟਸ ਆਉਂਦੇ ਸੀ, ਸਾਨੂੰ ਪਹਿਲੇ ਹੀ ਜੱਜਮੈਂਟ ਹੋਈ, ਇੰਟਿਊਸ਼ਨ ਹੋ ਜਾਂਦੀ ਸੀਗੀ ਕਿ ਬੱਚਾ PCS ਅਫਸਰ ਬਣ ਸਕਦਾ, ਬੱਚਾ ਅੱਛਾ ਟੀਚਰ ਬਣੇਗਾ। ਅਲਟੀਮੇਟਲੀ ਉਹੀ ਲੋਕ ਸਾਡੇ ਫੀਲਡ 'ਚ ਕੰਮ ਕਰ ਰਹੇ ਨੇ, ਅਤੇ ਜਿਨ੍ਹਾਂ ਸਟੂਡੈਂਟਸ ਨੇ ਮਿਹਨਤ ਕੀਤੀ ਆ, ਬਹੁਤ ਸਾਰੇ ਲੋਕ ਅੱਜ ਟੀਚਰ ਲੱਗੇ ਹੋਏ ਨੇ, ਉਹਨਾਂ ਦੇ ਪ੍ਰਿੰਸੀਪਲ ਦੇ ਨੇ, DOs ਬਣੇ ਹੋਏ ਨੇ। ਬੈਨੀਫਿਟਸ ਬਹੁਤ ਮਿਲੇ ਨੇ, ਬਹੁਤ ਅੱਛੇ ਰਿਜ਼ਲਟਸ ਉਹਨਾਂ ਨੂੰ ਪ੍ਰਾਪਤ ਹੋਏ ਨੇ। ਜਦੋਂ ਅਸੀਂ ਗੱਲ ਕਰਦੇ ਹਾਂ ਸਾਡੀ ਐਟ ਪ੍ਰੈਜੈਂਟ ਜਿਹੜੀ ਸਾਡੀ ਟੀਚਿੰਗ ਪ੍ਰੈਕਟਿਸ ਹੈਗੀ ਆ, ਉਹ 'ਚ ਹਰ ਇੱਕ ਇੰਡੀਵਿਜੁਅਲ ਦੇ ਕੋਲ ਜਦੋਂ ਸਕੂਲ 'ਚ ਜਾਂਦੇ ਹਾਂ ਆਪਣੀ ਪ੍ਰੈਕਟਿਸ ਸਟਾਰਟ ਕਰਨੀ ਆ, ਸਾਡੇ ਕੋਲ ਇਨ ਹੈਂਡ ਬਹੁਤ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਉਹਨਾਂ 'ਚ ਆਪਾਂ ਆਮ ਕਰਕੇ ਕਰਦੇ ਹਾਂ, ਚਾਹੁੰਦੇ ਹਾਂ ਸਾਡੇ ਕੋਲ ਨੌਲੇਜ, ਨੌਲੇਜ ਕਿਹਦਾ? ਸਬਜੈਕਟ ਕੰਸਰਨਡ, ਪ੍ਰਿਓਰਟੀ ਹੈ ਸਬਜੈਕਟ ਕੰਸਰਨਡ। ਜੋ ਸਾਡੀ NCERT ਦਾ ਸਿਲੇਬਸ ਹੈ 6th ਤੋਂ ਲੈ ਕੇ 10th ਤੱਕ, ਉਹਨੂੰ ਪੂਰਾ ਗੋ ਥਰੂ ਹੋ ਜਾਣਾ, ਕਿਉਂਕਿ ਅੱਗੇ ਜਾ ਕੇ ਅਸੀਂ ਟੈਟ ਤਿਆਰੀ ਕਰਨੀ ਆ, ਪੰਜਾਬ ਸਟੇਟ ਲੈਵਲ ਟੈਸਟ ਹੋਏਗਾ ਉਹਨਾਂ ਟੀਚਿੰਗ ਲਾਈਨ ਦਾ, ਜਾਂ ਅੱਗੇ ਸਾਨੂੰ ਅਸੀਂ ਕੋਈ ਐਗਜ਼ਾਮ ਕੰਡਕਟ ਕਰਨਾ ਗਾ, ਜਾਂ ਤੁਹਾਡੇ ਅੱਗੇ ਜਾ ਕੇ ਇੰਟਰਵਿਊ ਹੋਣੀ ਆ। ਉਸ ਲਈ ਸਾਡੇ ਕੋਲ ਜਿਹੜਾ ਹੈਵੀ ਨੌਲੇਜ, ਦੈਟ ਮੀਨਸ ਬੜਾ ਅਸੈਂਸ਼ੀਅਲ ਪਾਰਟ ਹੈ। ਉਸ ਤੋਂ ਅੱਗੇ ਨੇ ਸਕਿੱਲਸ, ਸਾਡੇ ਅੰਦਰ ਬਹੁਤ ਸਾਰੀਆਂ ਸਕਿੱਲਸ ਹੋਣੀਆਂ ਚਾਹੀਦੀਆਂ ਨੇ। ਫਿਰ ਥਰਡ ਹੈ ਤੁਹਾਡਾ ਐਟੀਚਿਊਡ, ਤਿੰਨਾਂ ਨੂੰ ਮਿਲਾ ਕੇ ਤੁਹਾਡੇ ਕੋਲ ਇਨ ਹੈਂਡ ਚੀਜ਼ਾਂ ਹੋਣੀਆਂ ਚਾਹੀਦੀਆਂ। ਦੈਟ ਮੀਨਸ ਅਸੀਂ ਕਹਿੰਦੇ ਆਸਕ, ਆਸਕ ਮੀਨਸ ਰਿਵਰਸ ਆਰਡਰ ਕਰਦੀ ਹੈ, ਨੌਲੇਜ, ਸਕਿੱਲਸ ਐਂਡ ਐਟੀਚਿਊਡ, ਤਿੰਨਾਂ ਨੂੰ ਲੈ ਕੇ ਆਪਾਂ ਵਰਕ ਕਰਾਂਗੇ, ਅਸੀਂ ਹਮੇਸ਼ਾ ਹੀ ਕਾਮਯਾਬ ਰਹਾਂਗੇ। ਹਰ ਥਾਂ 'ਤੇ ਜਿਹੜਾ ਤੁਹਾਡਾ ਐਟੀਚਿਊਡ ਆ ਬਹੁਤ ਇੰਪੋਰਟੈਂਟ ਹੈਗਾ, ਬਹੁਤ ਅੱਛਾ ਆਪਣਾ ਰੋਲ ਪਲੇ ਕਰਦਾ ਗਾ ਜੇ ਤੁਹਾਡੇ 'ਚ ਪੋਜੀਟਿਵਿਟੀ ਹੈਗੀ ਆ। ਸੋ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਟ੍ਰੇਨਿੰਗ ਪ੍ਰਾਪਤ ਕਰਦੇ ਹਾਂ ਮਾਈਕਰੋ ਟੀਚਿੰਗ ਸਕਿੱਲਸ, ਜੋ ਸਾਡੇ ਕਾਲਜ ਲੈਵਲ ਅੱਜ ਕੱਲ੍ਹ ਕਲਾਸਾਂ ਚੱਲੀਆਂ ਨੇ, ਜਾਂ ਤੁਹਾਡੇ ਇਨਹਾਂਸਮੈਂਟ ਕੋਰਸ ਚੱਲਦੇ ਪਏ ਨੇ, ਜਾਂ ਇਸ ਤੋਂ ਪਹਿਲਾਂ ਵੀ ਅਸੀਂ ਸੈਕਿੰਡ ਸਮੈਸਟਰ 'ਚ ਵੀ ਗੱਲ ਕੀਤੀ ਸੀ ਮਾਈਕਰੋ ਟੀਚਿੰਗ ਸਕਿੱਲਸ ਦੀ, ਕਿ ਮਾਈਕਰੋ ਟੀਚਿੰਗ ਸਕਿੱਲਸ ਜਿੰਨੀਆਂ ਵੀ ਡਿਫਰੈਂਟ ਸਕਿੱਲਸ ਨੇ ਉਹਨਾਂ ਉੱਪਰ ਅਸੀਂ 1x1 ਕਰਕੇ ਪ੍ਰੈਕਟਿਸ ਕਰਦੇ ਹਾਂ, ਤਾਂ ਕਿ ਸਾਡੀ ਜਿਹੜੀ ਇੱਕ ਟ੍ਰੇਨਿੰਗ ਅੱਛੀ ਹੋ ਜਾਵੇ, ਸਾਡੇ ਜਿਹੜੇ ਸਕਿੱਲਸ ਨੇ ਅਸੀਂ ਪੂਰੇ ਉਹਨਾਂ ਉੱਪਰ ਗ੍ਰਿਪ ਕਰ ਲਈਏ। ਸੋ ਤਾਂ ਕਿ ਸਾਨੂੰ ਕੋਈ ਪ੍ਰੋਬਲਮ ਆਵੇ, ਕਦੋਂ ਅਸੀਂ ਸਟਿਮੂਲੇਸ਼ਨ ਵੇਰੀਏਸ਼ਨ ਕਰਨੀ ਆ, ਕਦੋਂ ਪ੍ਰੋਵਿੰਗ ਕੁਐਸਚਨ ਦੀ ਗੱਲ ਕਰਨੀ ਆ, ਕਦੋਂ ਕੁਐਸਚਨਿੰਗ ਕਿਸ ਤਰ੍ਹਾਂ ਪੁੱਟ ਕਰਨੇ ਨੇ, ਕਦੋਂ ਅਸੀਂ ਰੀਇਨਫੋਰਸਮੈਂਟ ਦੀ ਗੱਲ ਕਰਨੀ ਆ। ਦੈਟ ਮੀਨ ਜਦੋਂ ਅਸੀਂ ਸਾਰੀਆਂ ਸਕਿੱਲ ਦੇ ਉੱਪਰੋਂ ਗੋ ਥਰੂ ਹੋ ਜਾਵਾਂਗੇ, ਜਾਂ ਕਲਾਸ ਰੂਮ ਮੈਨੇਜਮੈਂਟ ਦੀ ਗੱਲ ਆਉਂਦੀ ਆ, ਤਾਂ ਅਲਟੀਮੇਟਲੀ ਅਸੀਂ ਜੋ 1x1 ਸਕਿੱਲ ਦੇ ਉੱਪਰ ਆਪਣੀ ਪ੍ਰੈਕਟਿਸ ਹੋ ਜਾਵੇਗੀ,
ਤਾਂ ਸਾਡੇ ਕੋਲ ਪੂਰਾ ਇੱਕ ਚਾਰਟ ਬਣ ਜਾਂਦਾ ਹੈਗਾ, ਪੂਰੀ ਸਕਿੱਲ ਜੋ ਸਾਡੇ ਅੰਦਰ ਡਿਵੈਲਪਮੈਂਟ ਹੋ ਜਾਏਗੀ, ਤੋ ਅਲਟੀਮੇਟਲੀ ਸਾਰੇ ਸਕਿੱਲ ਨੂੰ ਕੰਪਾਈਲ ਕਰਕੇ ਅਸੀਂ ਵੱਡੀ ਕਲਾਸ 'ਚ ਪਹੁੰਚ ਜਾਂਦੇ ਹਾਂ। ਉਹਦੇ ਨਾਲ ਸਾਡੀਆਂ ਕੁਝ ਸੋਸ਼ਲ ਸਕਿੱਲਸ ਵੀ ਹੈਗੇ ਨੇ, ਜੇ ਸਿਮੂਲੇਟਡ ਟੀਚਿੰਗ ਹੈ ਸੋਸ਼ਲ ਸਕਿੱਲਸ, ਜਿੱਥੇ ਸਾਨੂੰ ਰੋਲ ਸਿਖਾਇਆ ਜਾਂਦਾ ਹੈਗਾ, ਤੁਸੀਂ ਐਜ ਟੀਚਰ ਰੋਲ ਕਿਵੇਂ ਪਲੇ ਕਰਨਾ ਕਲਾਸਰੂਮ 'ਚ, ਐਜ ਸਟੂਡੈਂਟ ਤੁਸੀਂ ਸਟੂਡੈਂਟ ਹੋ, ਤੁਸੀਂ ਸਟੂਡੈਂਟ ਦੇ ਤੌਰ 'ਤੇ ਰੋਲ ਕਿਵੇਂ ਪਲੇ ਕਰਨਾ ਹੈਗਾ, ਜੇ ਤੁਹਾਨੂੰ ਉੱਥੇ ਅਬਜ਼ਰਵਰ ਬਿਠਾ ਦਈਏ ਤਾਂ ਤੁਹਾਡਾ ਰੋਲ ਕੀ ਹੋਵੇਗਾ। ਜੋ ਤਿੰਨੇ ਕੈਟਾਗਰੀ ਅਸੀਂ ਮਿਲਾ ਕੇ ਇੱਥੇ ਕੰਮ ਕਰਾਂਗੇ, ਸਿੱਖਾਂਗੇ, ਤਾਂ ਸਾਨੂੰ ਐਕਚੁਅਲੀ ਵਰਕ ਦਾ ਪਤਾ ਲੱਗ ਜਾਂਦਾ ਕਿ ਜੇ ਅਸੀਂ ਐਜ ਟੀਚਰ ਉੱਥੇ ਅਬਜ਼ਰਵ ਕਰ ਰਹੇ ਹਾਂ ਤਾਂ ਸਾਡਾ ਰੋਲ ਕਿਹੋ ਜਿਹਾ ਹੈ, ਐਜ ਅਸੀਂ ਅਬਜ਼ਰਵਰ ਉੱਥੇ ਸਾਨੂੰ ਡਿਊਟੀ ਲਗਾਤੀ ਤਾਂ ਸਾਡਾ ਰੋਲ ਕਿਹੋ ਜਿਹਾ, ਐਜ ਸਟੂਡੈਂਟ ਅਸੀਂ ਆਪਣੇ ਉੱਥੇ ਬੈਠ ਗਏ ਤਾਂ ਸਾਡਾ ਰੋਲ ਉੱਥੇ ਕਿਹੋ ਜਿਹਾ ਹੋਣਾ ਚਾਹੀਦਾ ਗਾ। ਇਸ ਕਰਕੇ ਜਿਹੜੀਆਂ ਡਿਫਰੈਂਟ ਸਕਿੱਲਸ ਨੇ ਜਦੋਂ ਅਸੀਂ ਸਾਰੀਆਂ ਸਿੱਖ ਲਵਾਂਗੇ, ਟ੍ਰੇਨਿੰਗ ਲੈ ਲਾਂਗੇ, ਫਿਰ ਸਾਡੇ ਕੋਲ ਐਕਚੁਅਲ ਕਲਾਸ ਰੂਮ ਟੀਚਿੰਗ ਸਟਾਰਟ ਹੁੰਦੀ ਹੈ। ਮੈਕਰੋ ਲੈਸਨ ਜਿਹਨੇ 35-40 ਮਿੰਟ ਦੇ ਲੈਸਨ ਨੇ, ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਸਾਡੇ ਕੋਲ ਦੋਨੇ ਤਰ੍ਹਾਂ ਦੇ ਮੋਡ ਚੱਲਦੇ ਪਏ ਨੇ, ਔਨਲਾਈਨ ਅਤੇ ਆਫਲਾਈਨ, ਠੀਕ ਆ। ਦੋਨਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਗਾ। ਔਨਲਾਈਨ ਸਾਨੂੰ ਟ੍ਰੇਨਿੰਗ ਦੀ ਜ਼ਰੂਰਤ ਹੈ ਕਿ ਔਨਲਾਈਨ ਟੀਚਿੰਗ ਵੀ ਸਿੱਖਣੀ ਚਾਹੀਦੀ ਆ। ਇਹ 'ਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਨਵੀਆਂ ਨਵੀਆਂ ਆ ਰਹੀਆਂ ਨੇ, ਸਾਨੂੰ ਗ੍ਰਿਪ ਕਰਨਾ ਚਾਹੀਦਾ ਗਾ। ਸੋ ਇਸ ਤਰ੍ਹਾਂ ਸਾਡੇ ਕੋਲ ਆਫਲਾਈਨ ਨੇ ਜਿੱਥੇ ਸਾਡੀ ਡਾਇਰੈਕਟ ਇੰਟਰੈਕਸ਼ਨ ਹੁੰਦੀ ਆ, ਸੋ ਦੈਟ ਮੀਨ ਦੋਨਾਂ ਦਾ ਕੰਬੀਨੇਸ਼ਨ ਮਿਲਾ ਕੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਸਿੱਖ ਸਕਦੇ ਹਾਂ। ਇੱਕ ਵਾਰ ਦੋ ਜਿਹੜੇ ਕਾਰੀਗਰ ਸੀ ਉਹਨਾਂ 'ਚ ਕੰਪੀਟੀਸ਼ਨ ਹੋ ਗਿਆ ਕਿ ਮੈਂ ਚੰਗਾ ਮਿਸਤਰੀ ਹਾਂ, ਦੂਸਰਾ ਕਹਿੰਦਾ ਮੈਂ ਚੰਗਾ ਮਿਸਤਰੀ ਹਾਂ। ਠੀਕ ਹੈ ਜੀ, ਦੋਨਾਂ 'ਚ ਕੰਪੀਟੀਸ਼ਨ ਦੀ ਗੱਲ ਆ ਗਈ ਤਾਂ ਦੋਨਾਂ ਨੂੰ ਅਲੱਗ ਅਲੱਗ ਕੰਮ ਅਲਾਟ ਕਰ ਦਿੱਤੇ। ਇੱਕ ਮਿਸਤਰੀ ਆਪਣੀ ਦੀਵਾਰ ਬਣਾਉਣੀ ਸ਼ੁਰੂ ਕਰਤੀ ਕਿ ਮੈਂ ਦੀਵਾਰ ਫਟਾਫਟ ਵਧੀਆ ਬਣਾ ਦਾਂਗਾ। ਦੂਸਰੇ ਮਿਸਤਰੀ ਨੇ ਇੱਕ ਛੋਟੇ ਦੀਵਾਰ ਇੱਕ ਨਿਚਲੇ ਰੂਮ ਲੈ ਲਿਆ, ਉਹ ਰੂਮ 'ਚ ਜਾ ਕੇ ਉਹਨੇ ਉਹ ਬਿਲਡਿੰਗ ਨੂੰ ਦੀਵਾਰ ਨੂੰ ਤਰਾਸਣ ਲੱਗ ਗਿਆ। ਇੱਕ ਕਾਰੀਗਰ ਕਹਿੰਦਾ ਬਿਲਡਿੰਗ ਨੂੰ ਦੀਵਾਰ ਨੂੰ ਘਾੜਨ ਲੱਗ ਗਿਆ, ਉਹਨੂੰ ਤਰਾਸਣ ਲੱਗ ਗਿਆ। ਦੋਨੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ, ਉਹਨਾਂ ਦਾ ਇੱਕ ਮਹੀਨਾ ਪਰ ਕੰਮ ਚੱਲਿਆ। ਸੋ ਜਦੋਂ ਦੋਨਾਂ ਦਾ ਰਿਜ਼ਲਟਸ ਆਊਟ ਹੋਇਆ, ਜਿਹੜਾ ਬੰਦਾ ਨੀਚੇ ਜਾ ਕੇ ਬਿਲਡਿੰਗ 'ਚ ਤਰਾਸਦਾ ਸੀ ਆਪਣੀ ਦੀਵਾਰ ਨੂੰ, ਉਹਨੇ 2D ਅਤੇ 3D ਡਿਮੈਂਸ਼ਨਸ ਕਿਰਤੀਆਂ ਡਿਵੈਲਪ ਕਰਤੀਆਂ, ਜਿਹੜੀ ਕਿ ਮੱਚ ਬੈਟਰ ਸੀ ਉਹ ਦੀਵਾਰ ਨੂੰ, ਜੇ ਸਿੰਪਲ ਦੀਵਾਰ ਉਹਨੇ ਬਣਾਈ ਸੀਗੀ। ਸੋ ਰਿਜ਼ਲਟ ਇਹ ਹੁੰਦਾ ਗਾ ਅਸੀਂ ਬੱਚਿਆਂ ਨੂੰ ਤਰਾਸਣਾ ਗਾ, ਉਹਦੇ ਅੰਦਰੋਂ ਆਪਾਂ ਡੀਪਲੀ ਅੰਡਰਸਟੈਂਡ ਉਹਨੂੰ ਕਰਦੇ ਹੋਏ ਉਹਨੂੰ ਅੰਦਰੋਂ ਦੇਖਾਂਗੇ ਕਿ ਬੱਚਾ ਕੀ ਕੁਛ ਗੇਨ ਕਰਨਾ ਚਾਹੁੰਦਾ। ਕੋਈ ਟਾਈਮ ਸੀ ਅਸੀਂ ਉਹਨੂੰ ਮੋਬਾਈਲ ਫੋਨਸ ਨਹੀਂ ਅਲਾਓ ਕਰਦੇ ਸੀਗੇ, ਨੋ ਮੋਬਾਈਲ ਫੋਨ ਦਾ ਕਾਲਜ ਜਾਂ ਸਕੂਲ ਕੈਂਪਸ, ਲੇਕਿਨ ਹੁਣ ਉਹ ਪ੍ਰੋਵੀਜ਼ਨ ਉਸ ਤਰ੍ਹਾਂ ਦਾ ਹੁਣ ਅਸੀਂ ਅਲਾਓ ਕਰਦੇ ਹਾਂ। ਉਹਨੂੰ ਕਹਿੰਦੇ ਚੰਗੇ ਚੰਗੇ ਮੋਬਾਈਲ ਪਰਚੇਜ ਕਰੋ ਜੀ, ਆਹ ਕੁਛ ਲਓ, ਆਹ ਕੋਈ ਬੈਨੀਫਿਟ ਲਓ, ਠੀਕ ਆ। ਦੈਟ ਮੀਨਸ ਸਾਡੇ ਜਿਹੜੇ ਔਨਲਾਈਨ ਅਤੇ ਆਫਲਾਈਨ ਕੰਬੀਨੇਸ਼ਨ ਤੌਰ 'ਤੇ ਜਿਹੜੀ ਸਾਡੀ ਬਲੈਂਡਡ ਲਰਨਿੰਗ ਆ, ਉਹਦਾ ਸਾਨੂੰ ਰਿਜ਼ਲਟਸ ਅੱਛੇ ਮਿਲ ਸਕਣ। ਇਸ ਕਰਕੇ ਬੱਚੇ ਨੂੰ ਕਿਸੇ ਰੋਕਣਾ ਨਹੀਂ ਚਾਹੀਦਾ। ਫਿਰ ਸਾਡੇ ਕੋਲ ਆਉਂਦੇ ਆ ਜਿਹੜੇ ਟੋਟਲ ਸਾਡੇ ਕੋਲ ਟੀਚਿੰਗ ਪ੍ਰੈਕਟਿਸ ਦਾ ਦੌਰ ਸਟਾਰਟ ਹੋ ਰਿਹਾ ਗਾ, ਉਹਦੇ ਵਿੱਚ ਕਲਾਸ ਰੂਮ ਸਾਡਾ ਕੀ ਹੈ, ਇੱਕ ਹਿਊਮਨ ਅਰੇਨਾ ਹੈ। ਹਿਊਮਨ ਅਰੇਨਾ ਮੀਨਿੰਗ ਉਸ ਤਰ੍ਹਾਂ ਕਲਾਸ ਰੂਮ ਸਾਡਾ ਹਿਊਮਨ ਅਰੇਨਾ ਹੈ, ਅਸੀਂ ਉੱਥੇ ਜਾ ਕੇ ਪੂਰਾ ਆਪਣਾ ਰੋਲ ਪੂਰਾ ਜੋਸ਼ ਨਾਲ ਆਪਣਾ ਕੰਮ ਕਰਨਾ ਗਾ, ਉੱਥੇ ਐਕਟਿਵ ਹੋ ਕੇ ਕੰਮ ਕਰਨਾ ਹੈ। ਜੇ ਤੁਹਾਡਾ ਲੈਸਨ ਡਿਲੀਵਰ ਕਰਨਾ ਅੱਛੇ ਢੰਗ ਨਾਲ, ਉੱਥੇ ਬਲੈਕ ਬੋਰਡ 'ਤੇ ਆਪਣੀ ਇੰਡੀਕੇਸ਼ਨ ਮਾਰਕ ਕਰਦੇ ਹੋਏ ਚੰਗੇ ਢੰਗ ਨਾਲ, ਤੁਹਾਡੀ ਬਲੈਕ ਬੋਰਡ ਰਾਈਟਿੰਗ ਪੂਰੀ, ਕਲਾਸ ਕੰਟਰੋਲ, ਕਲਾਸ ਡਿਸਿਪਲਿਨ, ਤੁਹਾਡੀ ਪੂਰੀ ਇੱਥੇ ਪ੍ਰੈਜੈਂਟੇਸ਼ਨ ਅੱਛੀ ਹੋਵੇ, ਸਬਜੈਕਟ ਮੈਟਰ 'ਚ ਪੂਰੀ ਮਾਸਟਰੀ ਹੋਣੀ ਚਾਹੀਦੀ ਆ, ਔਰ ਟੀਚਿੰਗ ਲੈਸਨਸ ਵਿਦ ਦੀ ਹੈਲਪ ਔਫ ਟੀਚਿੰਗ ਏਡ ਚੰਗੇ ਢੰਗ ਨਾਲ ਡਿਲੀਵਰ ਕਰੋ। ਔਰ ਟੀਚਿੰਗ ਏਡ ਦਾ ਕਲੀਅਰ ਹੈ ਕਿ ਬੜੀਆਂ ਜਿਹੜੀਆਂ ਨੇ ਹੈਂਡਮੇਡ ਹੋਣ, ਸੈਲਫ ਪ੍ਰਪੇਅਰ ਟੀਚਿੰਗ ਏਡਸ ਹੁਣ ਬਹੁਤ ਅੱਛੀਆਂ ਲੱਗਦੀਆਂ ਨੇ, ਠੀਕ ਆ, ਔਰ ਬੜੀਆਂ ਹੈਂਡੀ ਹੋਣੀ ਚਾਹੀਦੀਆਂ, ਬੜੀਆਂ ਕੋਸਟਲੀ ਨਹੀਂ ਹੋਣੀਆਂ ਚਾਹੀਦੀਆਂ। ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਜਦੋਂ ਆਪਾਂ ਲੈਸਨ ਉੱਤੇ ਲੈਸਨ ਅੱਛੇ ਢੰਗ ਨਾਲ ਡਿਲੀਵਰ ਕਰਦੇ ਹਾਂ ਤਾਂ ਬੱਚੇ ਸਿੱਖ ਜਾਂਦੇ ਨੇ, ਕਿ ਬੱਚਿਆਂ ਨੂੰ ਕਲੈਰਿਟੀ ਹੋ ਜਾਂਦੀ ਆ, ਔਰ ਅਲਟੀਮੇਟਲੀ ਇਸ ਤਰ੍ਹਾਂ ਅਟੈਚਮੈਂਟ ਹੁੰਦੀ ਹੈ। ਮੰਨ ਲਓ ਜੇ ਤੁਸੀਂ ਇੱਕ ਦਿਨ ਕਲਾਸ 'ਚ ਨਹੀਂ ਗਏ ਤਾਂ ਬੱਚੇ ਫੀਲ ਕਰਨ ਲੱਗ ਜਾਂਦੇ ਕਿ ਸਾਡਾ ਉਹ ਟੀਚਰ ਫਲਾਨਾ ਟੀਚਰ ਆ, ਜੇ ਕਲਾਸ 'ਚ ਨਹੀਂ ਆਇਆ, ਸਕੂਲ 'ਚ ਨਹੀਂ ਪਹੁੰਚਿਆ, ਤਾਂ ਕਈ ਵਾਰ ਬੱਚਿਆਂ ਉਸ ਦਿਨ ਦਿਲ ਨਹੀਂ ਲੱਗਦਾ। ਇਸ ਕਰਕੇ ਉਹੋ ਜਿਹੀ ਤੁਹਾਡੀ ਜਿਹੜੀ ਅਟੈਚਮੈਂਟ ਹੋਣੀ ਚਾਹੀਦੀ ਆ। ਸੋ ਇਹਦੇ ਨਾਲ ਜਿਹੜੀ ਸਾਡੀ ਟੀਚਿੰਗ ਪ੍ਰੈਕਟਿਸ ਹੈ, ਟੀਚਿੰਗ ਪ੍ਰੈਕਟਿਸ ਹੈਵਨ ਫਾਰ ਦੋਜ ਹੂ ਵਿਲ ਕਮਾਂਡ ਰਿਸਪੈਕਟ ਸਟੂਡੈਂਟਸ ਐਂਡ ਹੈਲਪ ਫਾਰ ਦੋਜ ਹੂ ਡਿਮਾਂਡ ਰਿਸਪੈਕਟ। ਬੱਚਿਆਂ ਤੋਂ ਹਮੇਸ਼ਾ ਰਿਸਪੈਕਟ ਦੀ ਡਿਮਾਂਡ ਨਹੀਂ ਕਰਨੀ ਚਾਹੀਦੀ ਹੈ, ਕਮਾਂਡ ਕਰਨੀ ਚਾਹੀਦੀ ਹੈ। ਤੁਹਾਡੇ ਬੱਚੇ ਤੁਹਾਡੀ ਰਿਸਪੈਕਟ ਕਰਨ, ਤੁਹਾਡਾ ਰਿਗਾਰਡ ਕਰਨ ਕਿ ਸਾਡੇ ਟੀਚਰ ਆ ਜੀ। 24 ਆਵਰ ਸਾਡੀਆਂ ਡਿਊਟੀਆਂ ਔਨਲਾਈਨ, ਸਾਡਾ ਜਿਹੜਾ ਮੋਬਾਈਲ ਉਹਨਾਂ ਲਈ ਔਨ ਹੋਣਾ ਚਾਹੀਦਾ ਗਾ, ਜਦੋਂ ਮਰਜ਼ੀ ਆਓ, ਜਦੋਂ ਮਰਜ਼ੀ ਸਾਡੇ ਨਾਲ ਗੱਲ ਕਰੋ। ਤੁਹਾਨੂੰ ਐਗਜ਼ਾਮਪਲ ਦਿੰਦਾ, ਸਾਡੇ ਕੋਲ ਇਗਨੋ ਦਾ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦਾ ਸਾਡੇ ਕੋਲ ਉੱਥੇ BEd ਕੋਰਸ ਚੱਲਦਾ ਪਿਆ ਸੀਗਾ। ਲਗਭਗ 10 ਸਾਲ ਮੈਂ ਉਹਦੀ ਇੰਚਾਰਜਸ਼ਿਪ ਕੀਤੀ ਆ। ਅੱਜ ਕੱਲ੍ਹ ਉਹ ਸੈਂਟਰ ਬੰਦ ਹੋ ਗਿਆ, ਸਾਰੇ ਪੰਜਾਬ 'ਚ ਸੈਂਟਰ ਬੰਦ ਨੇ, ਕਿਉਂਕਿ ਉਹਨੇ ਥੋੜ੍ਹੀ ਕੰਡੀਸ਼ਨ ਸੀ ਜਿਹਨੇ ਬੱਚਿਆਂ ਨੇ ETT ਆ ਕੀਤੀ ਹੋਈ, ਔਰ ਇਨ ਸਰਵਿਸ ਟੀਚਰ ਉਹੀ ਲਈ ਵੱਲ ਸੀ ਫਾਰ BEd ਕੋਰਸ। ਸੋ ਇਸ ਤਰ੍ਹਾਂ ਜਿਹੜਾ ਕੋਰਸ ਸਾਡੇ ਕੋਲ ਚੱਲਦਾ ਸੀਗਾ,
ਸਾਰੇ ਪੰਜਾਬ ਦੇ ਲਗਭਗ ਹਰ ਇੱਕ ਡਿਸਟ੍ਰਿਕਟ ਹੈੱਡਕੁਆਰਟਰ ਤੋਂ ਸਾਡੇ ਕੋਲ ਸਟੂਡੈਂਟ ਜਿਹੜੇ ਇਨਸਰ ਟੀਚਰ ਸੀ ਪਹੁੰਚਦੇ ਸੀਗੇ। ਉਹਨਾਂ 'ਚ ਬਹੁਤ ਸਾਰੇ ਟੀਚਰ ਯੂਨੀਅਨ ਦੇ ਪ੍ਰੈਜ਼ੀਡੈਂਟ ਸੀ, ਸੈਕਟਰੀ ਜੋ ਅੱਜ ਕੱਲ੍ਹ ਮੈਂ ਦੇਖੇ ਨੇ, ਇਹ ਤੁਹਾਡੇ ਕੋਲ ਟ੍ਰੇਨਿੰਗ ਲੈ ਕੇ ਗਏ। ਕਈ ਵਾਰ ਹੁੰਦਾ ਸੀ ਦੋ ਤਰ੍ਹਾਂ ਦੇ ਚੀਜ਼ਾਂ ਹੁੰਦੀਆਂ, ਇੱਕ ਅਸਾਈਨਮੈਂਟ ਵਰਕ ਹੁੰਦਾ ਸੀਗਾ ਔਰ ਇੱਕ ਹੁੰਦਾ ਸੀ ਤੁਹਾਡਾ ਉਹਨਾਂ ਦਾ ਪੇਪਰ ਦੇਣੇ, ਕੋਈ ਵਰਕਸ਼ਾਪਸ ਹੁੰਦੀ, ਇਸ ਤਰ੍ਹਾਂ ਕੋਈ ਚੀਜ਼ਾਂ ਕੰਪਲਸਰੀ ਸੀਗੀਆਂ। 30% ਵੇਟੇਜ ਹੁੰਦੀ ਸੀਗੀ ਇੰਟਰਨਲ ਅਸੈਸਮੈਂਟ ਤੇ ਔਨ ਦ ਬੇਸਿਸ ਆਫ ਦਾ ਅਸਾਈਨਮੈਂਟਸ, ਬਾਕੀ ਰਿਮੇਨਿੰਗ ਪਾਰਟ ਕੋਈ ਵਰਕਸ਼ਾਪਸ ਹੋ ਗਿਆ, ਕੁਝ ਉਹਨਾਂ ਦਾ ਫਾਈਨਲ ਪੇਪਰਸ ਹੋ ਗਏ, ਉਹਨਾਂ ਮਿਲਾ ਕੇ ਰਿਜ਼ਲਟ ਤਿਆਰ ਹੁੰਦਾ ਸੀਗਾ। ਸੋ ਕੁਝ ਲੋਕ ਮੇਰੇ ਕੋਲ ਆ ਕੇ ਅਪਰੋਚ ਕਰਦੇ ਸੀਗੇ ਜੀ, ਸਾਡੇ ਕੋਲ ਜੀ ਗਿਫਟ ਲੈ ਲਓ, ਆਹ ਕੁਛ ਲੈ ਲਓ, ਆਹ ਕੁਛ ਲੈ ਲਓ। ਮੈਂ ਨੋ, ਮੇਰੇ ਕੋਲ ਕੱਪ ਆਫ ਟੀ ਲਓ, ਮੈਂ ਤੁਹਾਨੂੰ ਦਵਾਂਗਾ। ਲੇਕਿਨ ਇਹੋ ਜਿਹਾ ਕੁਛ ਨਹੀਂ ਹੁੰਦਾ ਸਾਡੇ ਟੀਚਿੰਗ ਲਾਈਨ 'ਚ, ਬਿਲਕੁਲ ਨਹੀਂ ਕਿਤੇ ਚੱਲਦਾ ਗਾ। ਸੋ ਜੇ ਤੁਹਾਡੀ ਮੰਨ ਲਓ ਗ੍ਰੇਡ ਕਿਤੇ ਅਸਾਈਨਮੈਂਟ 'ਚ 20 ਗ੍ਰੇਡ ਆ ਰਿਹਾ, ਤਾਂ 20+ ਗ੍ਰੇਡ ਲਗਾ ਦਾਂਗਾ, ਤੁਹਾਡਾ ਇਹ ਬੈਨੀਫਿਟ ਜ਼ਰੂਰ ਦੇ ਦਾਂਗਾ। ਲੇਕਿਨ ਇਸ ਤਰ੍ਹਾਂ ਕੁਛ ਵੀ ਨਹੀਂ ਹੈ। ਸੋ ਇਸ ਕਰਕੇ ਆਪਾਂ ਜਦੋਂ ਬੱਚਿਆਂ ਦੇ ਰਿਸਪੈਕਟ ਕਮਾਂਡ ਕਰਦੇ ਹਾਂ ਤਾਂ ਬੱਚੇ ਆਪਣੇ ਆਪ ਤੁਹਾਡੀ ਰਿਸਪੈਕਟ ਕਰਨਗੇ। ਹੁਣ ਸਾਰੇ ਥਰੂ ਆਊਟ ਪੰਜਾਬ 'ਚ ਬੈਠੇ, ਜਿਹੜੇ ਮਰਜ਼ੀ ਕੋਰਨਰ 'ਚ ਜਾ ਕੇ ਮਿਲੋ, ਤਾਂ ਜੇ ਤੁਸੀਂ ਸਾਡੇ ਕਾਲਜ ਦਾ ਨਾਮ ਲਓਗੇ ਤਾਂ ਜ਼ਰੂਰ ਉਹ ਯਾਦ ਕਰਨਗੇ ਕਿ ਫਲਾਣੇ ਟੀਚਰ ਇੰਚਾਰਜ ਸੀਗੇ, ਸਾਨੂੰ ਬਹੁਤ ਵਧੀਆ ਢੰਗ ਨਾਲ ਉਹਨੇ ਅਟੈਂਡ ਕੀਤਾ ਔਰ ਸਾਡੀ ਜਿਹੜੀ ਸਕੋਰਿੰਗ ਬਹੁਤ ਅੱਛੀ ਲਗਾਈ ਹੈ, ਸਾਨੂੰ ਬੈਨੀਫਿਟ ਬਹੁਤ ਮਿਲੇ ਨੇ। ਇਸ ਕਰਕੇ ਹਮੇਸ਼ਾ ਬੱਚੇ ਅਤੇ ਟੀਚਰ 'ਚ ਜਿਹੜਾ ਗੈਪਸ ਨਹੀਂ ਹੋਣੇ ਚਾਹੀਦੇ, ਅੱਛੇ ਰਿਲੇਸ਼ਨਸ ਹੋਣੇ ਚਾਹੀਦੇ ਨੇ। ਔਰ 24 ਆਵਰਸ ਮੇਰਾ ਮੋਬਾਈਲ ਫੋਨ ਉਹਨਾਂ ਲਈ ਔਨ ਹੁੰਦਾ ਸੀ, ਜਦੋਂ ਮਰਜ਼ੀ ਗੱਲ ਕਰ ਲਓ। ਉਹ 100 ਸਟੂਡੈਂਟਸ ਹੁੰਦੇ ਸੀ ਪਰ ਈਅਰ। ਸੋ ਤੀਸਰਾ ਨੰਬਰ ਸਾਡੇ ਕੋਲ ਹੈ ਵੀ, ਜੇ ਅਸੀਂ ਟੀਚਰ ਪ੍ਰੈਕਟਿਸ ਦੀ ਗੱਲ ਕਰਦੇ ਹਾਂ, ਟੀਚ ਵੈਲ, ਵਧੀਆ ਢੰਗ ਨਾਲ ਕਲਾਸ 'ਚ ਪੜ੍ਹਾਉਣਾ ਚਾਹੀਦਾ ਗਾ। ਤੁਹਾਡੇ ਸਬਜੈਕਟ ਮੈਟਰ 'ਚ ਪੂਰੀ ਮਾਸਟਰੀ ਹੋਣੀ ਚਾਹੀਦੀ ਹੈ ਪਹਿਲੀ ਗੱਲ, ਤੁਹਾਡੀ ਪ੍ਰੈਜੈਂਟੇਸ਼ਨ ਬਹੁਤ ਵਧੀਆ ਹੋਵੇ, ਫੀਡਬੈਕ ਦੀ ਗੱਲ ਆਉਂਦੀ ਆ, ਔਰ ਸੋਲ ਟੂ ਸੋਲ ਕੰਬੀਨੇਸ਼ਨ ਦੀ ਗੱਲ ਆਉਂਦੀ ਹੈ। ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀਗਾ ਕਿ ਸੋਲ ਟੂ ਸੋਲ ਕੰਬੀਨੇਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ, ਬੱਚੇ ਨਾਲ ਆਪਣਾ ਦਿਲ ਮਿਲਾ ਕੇ ਕੰਮ ਕਰੋ ਤਾਂ ਬੱਚੇ ਜ਼ਿਆਦਾ ਸਿੱਖਦੇ ਨੇ, ਬੱਚਾ ਜ਼ਿਆਦਾ ਉਹਦੀ ਡਿਵੈਲਪਮੈਂਟ ਹੁੰਦੀ ਹੈ, ਜ਼ਿਆਦਾ ਇੰਪਰੂਵਮੈਂਟ ਹੁੰਦੀ ਆ। ਇਸ ਕਰਕੇ ਜਦੋਂ ਕਲਾਸ ਰੂਮ 'ਚ ਆਉਂਦੇ ਹਾਂ, ਪੂਰੇ ਇਸ ਤਰ੍ਹਾਂ ਹੋ ਕੇ ਅਸੀਂ ਪੂਰਾ ਅੱਜ ਕਲਾਸ ਨੂੰ ਚੰਗੇ ਢੰਗ ਨਾਲ ਅਟੈਂਡ ਕਰਨਾ, ਨੋਟ ਇਨਐਕਟਿਵ, ਹਮੇਸ਼ਾ ਐਕਟਿਵ ਆਪਣਾ ਰੋਲ ਪਲੇ ਕਰੋ। ਫਿਰ ਟੀਚਰ ਸ਼ੁੱਡ ਵੀ ਐਜ ਏ ਰੋਲ ਮਾਡਲ, ਆਪਾਂ ਨੂੰ ਇੱਕ ਰੋਲ ਮਾਡਲ ਹੋਣਾ ਚਾਹੀਦਾ ਗਾ। ਬੱਚਿਆਂ ਦੇ ਦਿਮਾਗ 'ਚ ਟੀਚਰ ਪ੍ਰਤੀ ਕੋਈ ਨਫ਼ਰਤ ਨਹੀਂ ਹੋਣੀ ਚਾਹੀਦੀ ਕਿ ਟੀਚਰ ਦੇਖੋ ਜੀ ਕੰਮ ਕਿਸ ਤਰ੍ਹਾਂ ਕਰ ਰਿਹਾ, ਕਿਹੋ ਜਿਹਾ ਵਰਕ ਕਲਚਰ ਹੈ, ਕਿਹੋ ਜਿਹਾ ਸਟਾਈਲ ਹੈ। ਦੈਟ ਮੀਨਸ ਉਹਨਾਂ ਚੀਜ਼ਾਂ ਥੋੜ੍ਹਾ ਬਚਾ ਰੱਖਦੇ, ਕੰਟਰੋਲ ਕਰਦੇ ਹੋਏ ਆਪਣਾ ਰੋਲ ਮਾਡਲ ਜਦੋਂ ਰੋਲ ਪਲੇ ਕਰਾਂਗੇ, ਕਿ ਅਸੀਂ ਤਾਂ 24 ਆਵਰ ਤੁਹਾਡੇ ਲਈ ਖੜੇ ਹਾਂ। ਸਿਰਫ ਇਹ ਨਹੀਂ ਕਿ ਸਬਜੈਕਟ ਮੈਟਰ ਸਾਡੀ ਮਾਸਟਰੀ ਹੈ, ਹੋਰ ਵੀ ਬੱਚਾ ਤੁਹਾਡੇ ਕੋਲ ਆਉਂਦਾ, ਕੋਈ ਜਨਰਲ ਨੌਲੇਜ ਦੀ ਗੱਲ ਕਰਦਾ, ਕੋਈ ਕੈਂਪਸ ਪਲੇਸਮੈਂਟ ਦੀ ਗੱਲ ਕਰਦਾ ਗਾ, ਕੋਈ ਅੱਛੀ ਜੋਬ ਦੀ ਗੱਲ ਕਰਦਾ, ਜਿੰਨੀ ਕੁ ਗਾਈਡੈਂਸ ਫੈਸਿਲਿਟੀ ਤੁਹਾਡੇ ਕੋਲ ਅਵੇਲੇਬਲ ਆ, ਜ਼ਰੂਰ ਉਹਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ। ਅੱਜ ਦੇ ਟਾਈਮ 'ਚ ਨੀਡ ਆਫ ਗਾਈਡੈਂਸ। ਸੋ ਬੈਨੀਫਿਟ ਆਫ ਸਟੂਡੈਂਟਸ ਦੀ ਗੱਲ ਕਰਨੀ ਚਾਹੀਦੀ ਆ, ਹਮੇਸ਼ਾ ਬੱਚਿਆਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਸੋਚੋ, ਦੇਖੋ ਉਹਨਾਂ ਨੂੰ ਚੰਗੇ ਢੰਗ ਅਬਜ਼ਰਵ ਕਰੋ, ਫਿਰ ਉਹਨੂੰ ਸਾਰੇ ਜਿਹੜੀ ਆਪਣੀ ਗਾਈਡਲਾਈਨ ਹੋਵੇ, ਅਲਟੀਮੇਟਲੀ ਤੁਹਾਡੇ ਰਿਜ਼ਲਟਸ ਬਹੁਤ ਅੱਛੇ ਹੋਣਗੇ। ਇਸ ਕਰਕੇ ਇੱਕ ਵਿਦਿਆਰਥੀ ਨੂੰ ਆਪਣੇ ਸਬਜੈਕਟ ਨਾਲ, ਆਪਣੇ ਆਪ ਨਾਲ, ਆਪਣੇ ਵਿਦਿਆਰਥੀਆਂ ਨਾਲ ਜਿਹੜਾ ਅੱਛਾ ਜਿਹੜੀ ਲਵ ਐਂਡ ਨੇਚਰ ਅੱਛੀ ਡਿਵੈਲਪ ਕਰਨੀ ਚਾਹੀਦੀ ਆ, ਗੈਪਸ ਨਹੀਂ ਕੋਈ ਹੋਣੇ ਚਾਹੀਦੇ। ਆਮ ਕਰਕੇ ਕਿਹਾ ਜਾਂਦਾ ਕਿ ਜਿਹੜਾ ਟੀਚਰ ਹੈ ਉਹਨੂੰ ਇੱਕ ਮਦਰਿੰਗ ਪ੍ਰੋਸੈਸ ਦੀ ਵਰਤੋਂ ਕਰਨੀ ਚਾਹੀਦੀ ਆ। ਕਦੇ ਵੀ ਮਾਤਾ ਆਪਣੇ ਬੱਚੇ ਨੂੰ ਨਲਾਇਕ ਨਹੀਂ ਕਹਿੰਦੀ, ਅਸੀਂ ਨਲਾਇਕ ਬੱਚੇ ਨੂੰ ਕਿਉਂ ਕਹਾਂਗੇ। ਪਿੱਛੇ ਜੇ ਇੱਕ ਸਟੱਡੀ ਆਈ ਸੀਗੀ, ਰਸ਼ੀਆ ਦੀ ਕਿਤੇ ਸਟੱਡੀ ਮੈਂ ਦੇਖੀ, ਤਾਂ ਉਹ 'ਚ ਲਿਖਿਆ ਹੋਇਆ ਸੀਗਾ ਕਿ ਬੱਚਾ ਜੇ ਮੰਨ ਲਓ ਪੇਪਰ ਵੀ ਨਹੀਂ ਦਿੰਦਾ ਤਾਂ 50% ਅਸੀਂ ਸਕੋਰਿੰਗ ਉਹਦੀ ਨਾਲ ਹੀ ਲਗਾ ਦਿੰਦੇ ਹਾਂ। ਦੈਟ ਮੀਨਸ ਬੱਚੇ ਨੇ ਤੁਹਾਡੀਆਂ ਕਲਾਸਾਂ ਅਟੈਂਡ ਕੀਤੀਆਂ ਨੇ, ਤੁਹਾਡੇ ਕੋਲ ਡੇਲੀ ਪਹੁੰਚਿਆ ਹੈਗਾ, ਤੁਹਾਡੀ ਅਟੈਂਡੈਂਸ ਪੂਰੀ ਹੈਗੀ ਆ, ਕੁਛ ਨਾ ਕੁਛ ਕੰਮ ਕੀਤਾ ਉਹਨੇ, ਕੰਮ ਕੁਛ ਨਾ ਕੁਛ ਸਿੱਖਿਆ ਹੈਗਾ। ਸੋ ਇਸ ਕਰਕੇ ਬੱਚਿਆਂ ਪ੍ਰਤੀ ਤੁਹਾਡੀ ਅਟੈਚਮੈਂਟ ਬਹੁਤ ਹੋਣੀ ਚਾਹੀਦੀ ਆ। ਮਦਰਿੰਗ ਪ੍ਰੋਸੈਸ ਦੀ ਗੱਲ ਆ ਗਈ, ਬੱਚਾ ਜਿਹੜੀ ਚੀਜ਼ ਨੂੰ ਲਾਈਕ ਕਰਦਾ, ਕਿਹੜੀ ਚੀਜ਼ ਡਿਸਲਾਈਕ ਕਰਦਾ, ਦੈਟ ਮੀਨਸ ਜ਼ਰੂਰ ਉਹਨੂੰ ਫੋਲੋ ਕੀਤਾ ਜਾਵੇ, ਅੰਡਰਸਟੈਂਡ ਕੀਤਾ ਜਾਵੇ, ਉਹਦੇ ਮੁਤਾਬਕ ਗਾਈਡੈਂਸ ਪ੍ਰੋਵਾਈਡ ਕੀਤੀ ਜਾਵੇ। ਅਤੇ ਸੈਕੰਡਲੀ ਸਾਡਾ ਅੱਜ ਕੱਲ੍ਹ ਬਿਜ਼ਨਸ ਪ੍ਰੋਸੈਸ ਹੈ ਵੀ, ਇੱਕ ਐਜੂਕੇਸ਼ਨ ਇੱਕ ਬਿਜ਼ਨਸ ਤੌਰ 'ਤੇ ਸਾਹਮਣੇ ਆ ਰਿਹਾ ਹੈਗਾ। ਸੋ ਇਹਦਾ ਮਤਲਬ ਹੈ ਕਿ ਜਦੋਂ ਆਪਾਂ ਆਪਣੀ ਸੰਸਥਾ 'ਚ ਜਾਂਦੇ ਹਾਂ ਐਜ ਟੀਚਰ ਤੌਰ 'ਤੇ, ਐਜ ਪ੍ਰਿੰਸੀਪਲ ਤੌਰ 'ਤੇ, ਸਾਡੀ ਡਿਊਟੀ ਬਣਦੀ ਹੈ, ਪਹਿਲੀ ਗੱਲ ਤਾਂ ਸਾਡੇ 'ਚ ਅਕਾਊਂਟੇਬਿਲਟੀ ਜ਼ਰੂਰ ਹੋਣੀ ਚਾਹੀਦੀ ਆ, ਵਰਕ ਦੇ ਪ੍ਰਤੀ ਪੂਰੀ ਨਿਸ਼ਠਾ ਹੋਣੀ ਚਾਹੀਦੀ ਆ, ਪੂਰਾ ਤੁਹਾਡੇ ਦਾ ਵਰਕ ਕਲਚਰ ਹੋਣਾ ਚਾਹੀਦਾ ਹੈਗਾ। ਜਿਹੜੀ ਥਾਂ ਪਰ ਪਹੁੰਚ ਕੇ ਮੰਨ ਲਓ ਕੋਈ ਸਫਾਈ ਨਹੀਂ ਹੈ, ਖੁਦ ਆਪਣਾ ਟੇਬਲ ਸਾਫ਼ ਕਰ ਲਓ, ਕੋਈ ਪ੍ਰੋਬਲਮ ਨਹੀਂ ਹੈਗੀ। ਜਦੋਂ ਇੱਕ ਸ਼ੋਪਕੀਪਰ ਆਪਣੀ ਦੁਕਾਨ 'ਚ ਜਾਂਦਾ ਹੈਗਾ, ਉਹ ਧੂਫ ਬੱਤੀ ਕਰਦਾ, ਪ੍ਰੇਅਰ ਕਰਦਾ ਗੋਡ ਦੀ, ਫਿਰ ਜਾ ਕੇ ਆਪਣੀ ਗੱਡੀ 'ਤੇ ਬੈਠਦਾ। ਇਹ ਸਾਡਾ ਰੋਲ ਵੀ ਇਹੀ ਬਣਦਾ ਗਾ, ਅਸੀਂ ਆਪ ਜਾ ਕੇ ਉੱਥੇ ਆਪਣਾ ਸਲਿਊਟ ਕਰੀਏ, ਉੱਥੇ ਬੈਠੀਏ ਕਿ ਸੰਸਥਾ 'ਚ ਮੈਂ ਬੈਠਾਂਗਾ, ਦੈਟ ਮੀਨਸ ਪਿਛਲੇ ਟਾਈਮ 'ਚ ਮੈਂ ਅੱਛੇ ਕਰਮ ਕੀਤੇ ਹੋਣਗੇ, ਅੱਛੀ ਮਿਹਨਤ ਕੀਤੀ ਹੋਏਗੀ,
ਅੱਛੇ ਮੈਨੂੰ ਟੀਚਰ ਮਿਲੇ ਤਾਂ ਹੀ ਮੈਂ ਇੱਥੇ ਬੈਠਾਂਗਾ। ਸੋ ਇਸ ਕਰਕੇ ਜਦੋਂ ਆਪਾਂ ਆਪਣੇ ਨੂੰ ਇੱਕ ਚੰਗੇ ਬਿਜ਼ਨਸਮੈਨ ਦੀ ਤੌਰ ਤੇ ਕੰਮ ਕਰਾਂਗੇ ਆਪਣੀ ਸੰਸਥਾ ਵਿੱਚ ਵੀ, ਆਪਣੀ ਸੰਸਥਾ ਪ੍ਰਤੀ ਅਟੈਚਮੈਂਟ ਹੋਣੀ ਚਾਹੀਦੀ ਆ। ਮੈਨੂੰ ਹਰਸ਼ਪਾਲ ਸਿੰਘ ਦੀ ਗੱਲ ਬਹੁਤ ਵਧੀਆ ਯਾਦ ਆ ਰਹੀ ਆ। ਇਹ ਕਹਿੰਦੇ ਸਰ ਸਾਡੇ ਨਾ MBA ਦੀ ਐਡਮਿਸ਼ਨ ਜੇ ਕਿਤੇ ਹੋ ਸਕਦੀ ਪੋਸੀਬਲ, ਜੇ ਕੋਈ ਬੱਚੇ ਤੁਹਾਡੇ ਫੀਲਡ 'ਚ ਫ੍ਰੀ ਹੈਗੇ ਨੇ ਸਾਡੇ ਕੋਲ ਜ਼ਰੂਰ ਭੇਜ ਦਿਓ, ਕਿਉਂਕਿ ਸਾਡਾ ਇਕੱਲਾ ਬੀਐਡ ਕਾਲਜ ਹੀ ਹੈ, ਸਾਡੇ ਕੋਲ MBA ਨਹੀਂ ਹੈਗੇ। ਅਤੇ ਮੈਂ ਕਿਹਾ ਠੀਕ ਆ ਜੀ, ਦੈਟ ਮੀਨਸ ਅਟੈਚਮੈਂਟ ਟੂਵਰਡ ਇੰਸਟੀਟਿਊਸ਼ਨ, ਆਪਣੀ ਸੰਸਥਾ ਪ੍ਰਤੀ ਅਟੈਚਮੈਂਟ ਹੈ ਇਹਨਾਂ ਦੀ। ਸੋ ਇਸ ਤਰ੍ਹਾਂ ਅਟੈਚਮੈਂਟ ਆਪਣੀ ਸੰਸਥਾ ਪ੍ਰਤੀ ਜ਼ਰੂਰ ਰੱਖਣੀ ਚਾਹੀਦੀ ਹੈ। ਕਿਤੇ ਐਡਮਿਸ਼ਨ ਦੀ ਗੱਲ ਆ ਗਈ, ਕਿਸੇ ਬੱਚੇ ਨੂੰ ਕੋਈ ਬੈਨੀਫਿਟਸ ਪ੍ਰੋਵਾਈਡ ਕਰਨੇ ਨੇ, ਜਾਂ ਬੱਚੇ ਦਾ ਕੋਈ ਕੈਲੀਬਰ ਦੀ ਡਿਵੈਲਪਮੈਂਟ ਆਉਂਦੀ ਆ, ਬੱਚੇ ਨੂੰ ਕੋਈ ਕਲਾਸ ਸਪੈਸ਼ਲ ਜਿਹਨੇ ਕਲਾਸਿਸ ਪ੍ਰੋਵਾਈਡ ਕਰਨੀਆਂ ਨੇ, ਠੀਕ ਆ। ਸੋ ਦੈਟ ਮੀਨਸ ਇਹ ਸਾਰੇ ਬੈਨੀਫਿਟਸ ਉਹਨਾਂ ਨੂੰ ਜ਼ਰੂਰ ਪ੍ਰੋਵਾਈਡ ਕਰਨੇ ਚਾਹੀਦੇ ਨੇ। ਸੋ ਆਮ ਕਰਕੇ ਕਿਹਾ ਜਾਂਦਾ ਵੀ ਘੱਟ ਪੜ੍ਹਾਉਣਾ ਵੀ ਪਾਪ ਹੈ। ਜੇ ਮੰਨ ਲਓ ਆਪਾਂ ਮਿਹਨਤ ਨਹੀਂ ਕਰਦੇ, ਘੱਟ ਕੰਮ ਕਰਦੇ ਹਾਂ, ਇਹ ਜ਼ਰੂਰ ਪਾਪ ਹੈ। ਪਰ ਬੋਰ ਕਰਨਾ ਮਹਾਂਪਾਪ ਹੈ। ਇਹ ਨਹੀਂ ਕਿ ਕਲਾਸ ਰੂਮ 'ਚ ਤੁਹਾਨੂੰ ਕੋਈ ਬੱਚਾ ਸਮਝ ਹੀ ਨਾ ਸਕੇ, ਬੋਰ ਕਰੋ, ਉਹ ਤਾਂ ਬਹੁਤ ਵੱਡਾ ਮਹਾਂਪਾਪ ਹੈ। ਸੋ ਦੈਟ ਮੀਨਸ ਸਾਨੂੰ ਜੋ ਕਲਾਸ ਰੂਮ ਤੁਹਾਡੀ ਇੰਟਰੈਕਸ਼ਨ ਹੋਵੇਗੀ, ਜਦੋਂ ਤੁਸੀਂ ਕਲਾਸ ਰੂਮ 'ਚ ਜਾਓਗੇ, ਪਹਿਲੀ ਗੱਲ ਤਾਂ ਤੁਹਾਡੇ ਕੋਲ ਡਸਟਰ ਚੌਕ ਜ਼ਰੂਰ ਆਪਣੇ ਇਨ ਹੈਂਡ ਹੋਣੇ ਚਾਹੀਦੇ ਨੇ। ਪੁਆਇੰਟਰ ਦੀ ਜ਼ਰੂਰਤ ਪੈਂਦੀ ਆ, ਇੰਡੀਕੇਟਰ ਹੈ ਉਹ ਆਪਣੇ ਕੋਲ ਰੱਖੋ, ਬਾਕੀ ਸਾਜ ਸਮਾਨ ਪੂਰਾ ਆਪਣੇ ਨਾਲ ਲੈ ਕੇ ਜਾਓ, ਉਹ ਪੂਰਾ ਉਹਨੂੰ ਸੀਕੁਐਂਸ ਆਰਡਰ 'ਚ ਰੱਖੋ ਉੱਥੇ ਜਾ ਕੇ। ਲੈਸਨ ਨੂੰ ਬੜੇ ਵਧੀਆ ਢੰਗ ਨਾਲ ਡਿਲੀਵਰ ਕਰੋ, ਭਾਵੇਂ ਤੁਹਾਡਾ ਟੀਚਰ ਪਹੁੰਚਿਆ ਜਾਂ ਨਹੀਂ ਪਹੁੰਚਿਆ, ਤੁਸੀਂ ਖੁਦ ਹੀ ਅਬਜ਼ਰਵਰ ਹੋ, ਖੁਦ ਹੀ ਸਟੂਡੈਂਟ ਹੋ, ਖੁਦ ਹੀ ਟੀਚਰ ਹੋ। ਇਸ ਕਰਕੇ ਉਹ ਚੀਜ਼ਾਂ ਨੂੰ ਜਿਹੜੀਆਂ ਧਿਆਨ 'ਚ ਰੱਖਦੇ ਹੋਏ ਆਪਣੀ ਲੈਸਨ ਨੂੰ ਚੰਗੇ ਢੰਗ ਨਾਲ ਡਿਲੀਵਰ ਕਰਨਾ ਚਾਹੀਦਾ ਗਾ, ਉਹ ਪਰਮਾਤਮਾ ਜ਼ਰੂਰ ਦੇਖ ਰਿਹਾ ਗਾ, ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਰਸਤਾ ਮਿਲ ਜਾਂਦਾ ਗਾ। ਠੀਕ ਹੈ, ਜੇ ਮੰਨ ਲਓ ਅਸੀਂ ਅੱਗੇ ਫਰ ਵਧਣਾ ਚਾਹੁੰਦੇ ਹਾਂ, ਤਾਂ ਸਾਨੂੰ ਕੋਈ ਨਾ ਕੋਈ ਅਜੇ ਫਰੈਂਡ ਸਰਕਲ ਇਹੋ ਜਿਹੇ ਮਿਲ ਜਾਂਦੇ ਨੇ ਜੇ ਲੋਕ ਸਾਡੀ ਹੈਲਪ ਕਰਦੇ ਨੇ। ਦੈਟ ਮੀਨਸ ਉਹ ਪਰਮਾਤਮਾ ਦੇ ਏਜੰਟ ਹੁੰਦੇ ਨੇ, ਕਿਉਂਕਿ ਤੁਸੀਂ ਲਾਈਫ 'ਚ ਮਿਹਨਤ ਕੀਤੀ ਹੋਈ ਹੈ। ਸੋ ਮੇਰਾ ਇੱਕੋ ਹੀ ਹਮੇਸ਼ਾ ਹੀ ਰਿਹਾ ਗਾ ਟਾਰਗੇਟ ਕਿ ਜਿਹੜੇ ਬੱਚੇ ਮਿਹਨਤ ਕਰਦੇ ਨੇ ਉਹ ਹਮੇਸ਼ਾ ਹੀ ਅੱਛੇ ਰਸਤੇ ਉੱਪਰ ਪਹੁੰਚ ਜਾਂਦੇ ਨੇ, ਚੰਗੀਆਂ ਪੁਜੀਸ਼ਨਸ ਹਾਸਲ ਕਰ ਦਿੰਦੇ ਨੇ। ਭਾਵੇਂ ਅੱਜ ਦੇ ਟਾਈਮ 'ਚ ਆਪਾਂ ਦੇਖਦੇ ਸਾਨੂੰ ਜੋਬ ਓਪਰਚੁਨਿਟੀ ਬਹੁਤ ਘੱਟ ਨੇ, ਕਈ ਵੀ ਲੋਕ ਫਰਸਟ੍ਰੇਸ਼ਨ ਪਹੁੰਚ ਰਹੇ ਨੇ, ਕਿਤੇ ਫੋਰਨ ਕੰਟਰੀ ਜਾਣਾ ਜੀ, ਉੱਥੇ ਆਹ ਕੁਛ ਫੈਸਿਲਿਟੀਜ਼ ਨੇ, ਉੱਥੇ ਆਹ ਕੁਛ ਫੈਸਿਲਿਟੀਜ਼ ਨੇ। ਫੈਸਿਲਿਟੀ ਸਾਡੇ ਕੋਲ ਬਹੁਤ ਸਾਰੀਆਂ ਨੇ, ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ। ਇਹ ਠੀਕ ਆ ਕਿ ਕਈ ਵਾਰ ਗੌਰਮੈਂਟ ਦੇ ਰੋਲਸ ਨੈਗੇਟਿਵ ਪੁਆਇੰਟ ਹੁੰਦੇ ਰਹੇ ਨੇ, ਕੋਈ ਵਾਰ ਪੋਲੀਟੀਕਲ ਸਟਰਕਚਰ ਟੈਂਪਰੇਰੀ ਕੋਈ ਨਾ ਕੋਈ ਟੇਢਾ ਮੇਢਾ ਆ ਜਾਂਦਾ ਗਾ। ਅਲਟੀਮੇਟਲੀ ਅਸੀਂ ਲੋਕਾਂ ਨੇ ਅੱਗੇ ਪਹੁੰਚਣਾ ਗਾ, ਅਸੀਂ ਅੱਗੇ ਲੋਕਾਂ ਨੇ ਜਾ ਕੇ ਮਿਨਿਸਟਰੀਆਂ ਸੰਭਾਲਣੀਆਂ ਨੇ, ਇੱਕ ਚੰਗਾ ਸਟੇਟਸ ਡਿਵੈਲਪ ਕਰਨਾ ਗਾ। ਸੋ ਆਉਣਾ ਟਾਈਮ ਵਧੀਆ ਹੋਵੇਗਾ। ਸੋ ਇਸ ਕਰਕੇ ਆਪਣਾ ਜਿਹੜੇ ਹੁਣ ਡਿਊਟੀ ਬਣਦੀ ਹੈ, ਅਸੀਂ ਜੋ ਸਾਡੀ ਟੀਚਿੰਗ ਪ੍ਰੈਕਟਿਸ ਹੈ ਉਹਨੂੰ ਚੰਗੇ ਢੰਗ ਨਾਲ ਆਪਣਾ ਕੰਪਲੀਟ ਕਰੀਏ। ਆਪਣੇ ਲੈਸਨ ਪਲੈਨਸ ਨੇ, ਭਾਵੇਂ ਤੁਹਾਡੇ ਲੈਸਨ ਮਾਡਲ ਲੈਸਨ ਪਲੈਨਸ ਨੇ, ਜਾਂ ਤੁਹਾਡੇ ਕੋਲ ਯੂਨਿਟ ਬੇਸਡ ਲੈਸਨ ਪਲੈਨਸ ਨੇ, ਡੈਰੀ ਫਾਰਮੈਟ ਲੈਸਨ ਪਲੈਨਸ ਨੇ, ਉਹਨਾਂ ਉੱਪਰ ਸਾਰਾ ਗੋ ਥਰੂ ਹੋ ਕੇ ਪੂਰੀ ਮਾਸਟਰੀ ਕੰਪਲੀਟ ਕਰਕੇ ਉਹਨਾਂ ਭਾਵੇਂ ICT ਬੇਸਡ ਲੈਸਨ ਪਲੈਨਸ ਨੇ, ਉਹਨਾਂ ਨੂੰ ਚੰਗੇ ਢੰਗ ਨਾਲ ਡਿਲੀਵਰ ਕਰੋ, ਤਾਂ ਕਿ ਤੁਹਾਨੂੰ ਅੱਗੇ ਆਨਲਾਈਨ ਟਾਈਮ 'ਚ ਕੋਈ ਪ੍ਰੋਬਲਮ ਨਾ ਆਵੇ। ਜਿਹੜੀ ਨਵੀਂ ਐਜੂਕੇਸ਼ਨ ਪੋਲਿਸੀ ਆ, ਉਹ ਜਦੋਂ ਟੀਚਰ ਲੋਕਾਂ ਦੀ ਅਪੁਆਇੰਟਮੈਂਟ ਹੋਣੀ ਆ, ਉੱਥੇ ਮੇਨ ਇਹ ਧਿਆਨ ਰੱਖਣਾ ਪੈਣਾ, ਜਦੋਂ ਤੁਹਾਡੀ ਕਿਤੇ ਇੰਟਰਵਿਊ ਹੋਣੀ ਆ, ਉੱਥੋਂ ਤੁਹਾਨੂੰ ਅੱਗੇ ਪ੍ਰੈਜੈਂਟੇਸ਼ਨ ਵੀ ਦੇਣੀ ਪੈਣੀ ਆਪਣੇ ਲੈਸਨ ਦੀ, ਉਹ ਜਿਹੜੀ ਪ੍ਰੈਜੈਂਟੇਸ਼ਨ ਲੈਸਨ ਦੀ ਹੈ ਤੁਸੀਂ ਹੁਣੇ ਤਿਆਰ ਕਰ ਲਓ, ਤੁਹਾਨੂੰ ਹੁਣੇ ਜੱਜਮੈਂਟ ਹੋਣੀ ਚਾਹੀਦੀ, ਤੁਹਾਨੂੰ ਹੁਣੇ ਪੂਰਾ ਗੋ ਥਰੂ ਹੋਣਾ ਚਾਹੀਦਾ ਗਾ। ਸੋ ਇਹਨਾਂ ਸ਼ਬਦਾਂ ਨਾਲ ਵੀ ਮੈਂ ਕਾਲਜ ਦੇ ਮੈਨੇਜਮੈਂਟ, ਪ੍ਰਿੰਸੀਪਲ ਸਾਹਿਬ ਗਰਚਾ ਸਾਹਿਬ ਬੈਠੇ ਨੇ, ਸਟਾਫ ਮੈਂਬਰਸ, ਪ੍ਰੋਫੈਸਰ ਹਰਸ਼ਪਾਲ ਸਿੰਘ ਜੀ, ਬੜਾ ਵਧੀਆ ਪ੍ਰੋਗਰਾਮ ਲੱਗ ਰਿਹਾ ਗਾ। ਜਦੋਂ ਕਿਤੇ ਸਕਿੱਲ ਇਨਹਾਂਸਮੈਂਟ ਦੀ ਗੱਲ ਆਉਂਦੀ ਆ, ਇੱਕ ਨਵਾਂ ਸਟਾਈਲ ਲੈ ਕੇ ਆਉਂਦੇ ਹਮੇਸ਼ਾ ਹੀ, ਮੈਂ ਦੇਖਿਆ ਹਰਸ਼ਪਾਲ ਸਿੰਘ ਜੀ ਨਵੇਂ ਪ੍ਰੋਗਰਾਮਸ ਲੈ ਕੇ ਆਉਂਦੇ ਨੇ ਜਿਹਦਾ ਸਾਰੀ ਸੰਸਥਾ ਨੂੰ, ਸਾਰੇ ਬੱਚਿਆਂ ਨੂੰ ਬੈਨੀਫਿਟ ਮਿਲੇ। ਅਤੇ ਮੈਂ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਗਾ ਇਸ ਕਾਲਜ ਦਾ ਕਿ ਅੱਜ ਮੈਂ ਇਹਨਾਂ ਨੂੰ ਇੱਕ ਮੌਕਾ ਪ੍ਰੋਵਾਈਡ ਕੀਤਾ। ਭਾਵੇਂ ਮੇਰਾ ਕੰਮ ਕਾਜ ਬਹੁਤ, ਅੱਜ ਕੱਲ੍ਹ ਮੀਟਿੰਗ ਚੱਲਦੀਆਂ ਨੇ, ਬਹੁਤ ਸਾਰੇ ਮੀਟਿੰਗ ਮੈਨੇਜਮੈਂਟ ਦੀ ਮੀਟਿੰਗ ਹੋ ਜਾਂਦੀ ਹੈ, ਕਦੇ ਕੁਛ ਹੁੰਦਾ ਗਾ, ਸ਼ਡਿਊਲ ਬਹੁਤ ਬਿਜ਼ੀ ਹੈ। ਫਿਰ ਵੀ ਬੜਾ ਮੈਨੂੰ ਖੁਸ਼ੀ ਮਹਿਸੂਸ ਕਰ ਰਿਹਾ ਗਾ ਕਿ ਆਪਣੀ ਮਾਂ ਸੰਸਥਾ ਨਾਲ ਜੁੜਿਆ ਗਾ। ਸੋ ਥੈਂਕ ਯੂ ਵੈਰੀ ਮੱਚ ਡਾਕਟਰ ਸਾਹਿਬ, ਸਟੂਡੈਂਟਸ, ਥੈਂਕਸ। ਸਰ ਥੈਂਕ ਯੂ। ਸੋ ਅੱਜ ਸਾਡੇ ਨਾਲ ਡਾਕਟਰ ML ਜੈਦਕਾ ਜੀ, ਜਿੱਦਾਂ ਪਹਿਲਾਂ ਦੱਸਿਆ ਪ੍ਰਿੰਸੀਪਲ DM ਕਾਲਜ ਆਫ ਐਜੂਕੇਸ਼ਨ ਮੋਗਾ ਤੋਂ। ਬੇਸ਼ੱਕ ਤੁਸੀਂ ਇਹ ਗੱਲ ਨੋਟ ਕੀਤੀ ਹੋਣੀ ਹੈ ਪਿਆਰੇ ਵਿਦਿਆਰਥੀਓ, ਕਿ ਆਪਣੇ ਪੜ੍ਹਾਏ ਹੋਏ ਵਿਦਿਆਰਥੀ ਚਾਹੇ ਜਿੱਥੇ ਵੀ ਚਲੇ ਜਾਣ, ਬਹੁਤ ਸਾਰੇ ਟੀਚਰ ਮੈਂ ਦੇਖਿਆ ਇੱਥੇ ਲੋਪੋ ਕਾਲਜ 'ਚ ਨੇ, ਸਿੱਧਵਾਂ ਨੇ, ਮੋਗਾ 'ਚ ਨੇ ਜਾਂ ਮਾਲਵਾ ਕਾਲਜ 'ਚ ਨੇ। ਸਰ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੀਆਂ ਸੰਸਥਾਵਾਂ ਵੱਲੋਂ, ਸਾਰੀ ਅਲੂਮਨਾਈ ਐਸੋਸੀਏਸ਼ਨ ਵੱਲੋਂ, ਸਾਡੇ ਆਪਣੇ ਡਾਕਟਰ ਜੈਦਕਾ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਚੋਂ, ਬਿਜ਼ੀ ਸ਼ਡਿਊਲ ਦੇ ਵਿੱਚੋਂ ਆਪਣੇ ਕਾਲਜ ਨਾਲ ਜੁੜਨ ਵਾਸਤੇ ਸਮਾਂ ਕੱਢਿਆ।
ਤੇ ਮੈਂ ਤਾਂ ਡਾਕਟਰ ਸਾਹਿਬ ਤੁਹਾਨੂੰ ਮੁਬਾਰਕਬਾਦ ਵੀ ਦੇਵਾਂਗਾ ਕਿ ਇਹ ਤੁਹਾਡੀ ਅਲੂਮਨਾਈ ਐਸੋਸੀਏਸ਼ਨ ਹੈ ਜੋ ਜਿਹਨੇ ਸਾਰਾ ਇਹ ਪਲਾਨ ਕੀਤਾ ਤੇ ਡਾਕਟਰ ਰਿਸ਼ਪਾਲ ਜੀ ਤੇ ਸਰਦਾਰ ਸੰਤੋਖ ਸਿੰਘ ਗਿੱਲ ਹੋਣਾ ਦੀ ਅਗਵਾਈ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਤੇ ਸਾਡੇ ਜਿਹੜੇ ਬੱਚੇ ਇਸ ਸਾਲ ਦੇ ਨੇ ਉਹਨਾਂ ਵਾਸਤੇ ਵੀ ਇੱਕ ਮੌਕਾ ਹੈ ਸਿੱਖਣ ਦਾ ਕਿ ਕਿਸ ਤਰ੍ਹਾਂ ਅਸੀਂ ਕਾਲਜ ਨੂੰ ਦੁਬਾਰਾ ਆਪਣੇ ਵੱਲੋਂ ਕੰਟਰੀਬਿਊਟ ਕਰ ਸਕਦੇ ਹਾਂ। ਸੋ ਇਹ ਸਾਰੇ ਪ੍ਰੋਗਰਾਮ ਵਾਸਤੇ ਡਾਕਟਰ ਰਿਸ਼ਪਾਲ ਜੀ, ਸਰਦਾਰ ਸੰਤੋਖ ਸਿੰਘ ਗਿੱਲ ਜੀ, ਡਾਕਟਰ ਜੈਦਕਾ ਜੀ ਤੇ ਸਾਰੀ ਅਲੂਮਨਾਈ ਐਸੋਸੀਏਸ਼ਨ ਵਧਾਈ ਦੀ ਪਾਤਰ ਹੈ ਜੀ। ਤੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਸ਼ੁਰੂ ਤੋਂ ਲੈ ਕੇ ਕਿ ਕਿਵੇਂ ਅਸੀਂ ਕਾਲਜ ਨਾਲ ਜੁੜੇ, ਕਿੱਥੇ ਸਾਡੀ ਇੰਟਰਨਸ਼ਿਪ ਲੱਗੀ, ਯੂ ਹੈਵ ਐਕਸਪਲੇਨ ਬਿਊਟੀਫੁਲੀ ਸਰ। ਸਰ ਕਿਉਂਕਿ ਜਿਹੜੀਆਂ ਕਿਤਾਬੀ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਨਾਲ ਜਦੋਂ ਅਸੀਂ ਅਨੁਭਵਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਪਣੇ ਪੁਰਾਣੇ ਬਿਤਾਏ ਹੋਏ ਦਿਨ ਯਾਦ ਕਰਕੇ ਦੂਜਿਆਂ ਨੂੰ ਦੱਸਦੇ ਹਾਂ, ਸ਼ਾਇਦ ਉਹ ਚੀਜ਼ਾਂ ਜ਼ਿਆਦਾ ਚੰਗੀ ਤਰ੍ਹਾਂ ਸਾਡੇ ਜਿਹਨ ਦੇ ਵਿੱਚ ਘਰ ਕਰਦੀਆਂ ਨੇ ਤੇ ਸਾਨੂੰ ਉਹ ਚੀਜ਼ਾਂ ਤੋਂ ਸਿੱਖਿਆ ਲੈਣ ਦੀ ਬੜੀ ਸੌਖੇ ਤਰੀਕੇ ਨਾਲ ਅਸੀਂ ਸਿੱਖ ਸਕਦੇ ਹਾਂ ਕਿ ਕਿਸ ਤਰ੍ਹਾਂ ਮਿਹਨਤ ਕਰਕੇ ਹਰੇਕ ਇਨਸਾਨ ਇੱਕ ਮੁਕਾਮ ਤੇ ਪਹੁੰਚ ਸਕਦਾ। ਤੇ ਅੱਜ ਜਿਹੜੀ ਹੈਗੀ, ਅੱਜ ਬਰਸੀ ਵੀ ਹੈ ਸਾਡੇ, 100 ਸਾਲ ਪੂਰੇ ਹੋਏ ਨੇ ਗੁਰਮੁਖੀ ਪਾਠਸ਼ਾਲਾ ਜਦੋਂ ਪਹਿਲੀ ਸਥਾਪਿਤ ਹੋਈ ਸੀ ਆਪਣੇ ਇਸ ਜਗ੍ਹਾ ਦੇ ਉੱਤੇ, ਉਹਨੂੰ ਉਹਦੀ ਸ਼ੁਰੂਆਤ ਕਰਨ ਵਾਲੇ ਬਾਬਾ ਜੀ ਦੀ ਅੱਜ ਬਰਸੀ ਹੈ। ਤੇ ਅਸੀਂ ਸੁਭਾਗ ਭਰੇ ਹਾਂ ਕਿ ਸਾਡਾ ਤੁਸੀਂ ਅੱਜ ਉਸ ਦਿਨ ਸਾਡੇ ਨਾਲ ਜੁੜੇ ਹੋਏ ਹੋ। ਤੋਂ ਸਾਡਾ, ਅਸੀਂ ਸਾਰੇ ਵਿਦਿਆਰਥੀ ਸਿਜਦਾ ਕਰਦੇ ਹਾਂ ਉਹਨਾਂ ਸ਼ਖਸੀਅਤਾਂ ਦੇ ਜਿਨ੍ਹਾਂ ਨੇ ਇਹ ਸੰਸਥਾਵਾਂ ਇੱਥੇ ਬਣਾਈਆਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਵਸੀਆਂ ਇਹ ਸੰਸਥਾਵਾਂ। ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਅਲੂਮਨਾਈ ਐਸੋਸੀਏਸ਼ਨ ਅੱਗੇ ਵੀ ਕਾਲਜ ਦੀ ਹਰ ਇੱਕ ਗਤੀਵਿਧੀ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਰਹੇਗੀ ਤੇ ਬੱਚਿਆਂ ਵਾਸਤੇ ਤੁਸੀਂ ਇੱਦਾਂ ਦੇ ਹੋਰ ਵੀ ਵਧੀਆ ਪ੍ਰੋਗਰਾਮ ਲੈ ਕੇ ਆਓਗੇ। ਸੋ ਇੱਕ ਵਾਰ ਫਿਰ ਤੋਂ ਡਾਕਟਰ ਜੈਦਕਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਰਿਸ਼ਪਾਲ ਜੀ, ਫਰਦਰ ਪ੍ਰੋਸੀਡਿੰਗ ਪਲੀਜ਼ ਜੀ। ਥੈਂਕ ਯੂ ਸਰ, ਥੈਂਕ ਯੂ ਜੀ। ਬੜਾ ਅੱਛਾ ਲੱਗਿਆ ਜਿੱਦਾਂ ਪ੍ਰਿੰਸੀਪਲ ਸਰ ਡਾਕਟਰ ਪ੍ਰਗਟ ਸਿੰਘ ਜੀ ਗਰਚਾ ਨੇ ਦੱਸਿਆ। ਡਾਕਟਰ ਜੈਦਕਾ ਜੀ ਨੇ ਦੱਸਿਆ ਕਿ ਇਸ ਕਾਲਜ ਤੋਂ ਪੜ੍ਹਨ ਤੋਂ ਬਾਅਦ ਉਹਨਾਂ ਨੇ 32-33 ਸਾਲ ਕੰਮ ਕੀਤਾ ਔਰ ਅੱਜ ਬਤੌਰ ਪ੍ਰਿੰਸੀਪਲ ਨੇ। ਔਰ ਤੁਸੀਂ ਇਹ ਦੇਖੋ ਕਿ 33 ਸਾਲ ਬਾਅਦ ਵੀ ਸਰ ਨੂੰ ਸਾਰੀਆਂ ਗੱਲਾਂ ਯਾਦ ਨੇ ਕਿ ਟੀਚਿੰਗ ਪ੍ਰੈਕਟਿਸ ਫਸਟ ਸੀ ਜਿਹੜੀ ਉਹ ਕੁਤਬਾ ਸਕੂਲ 'ਚ ਲੱਗੀ ਸੀ ਔਰ ਸੈਕਿੰਡ ਟੀਚਿੰਗ ਪ੍ਰੈਕਟਿਸ ਜਿਹੜੀ ਆ ਉਹ ਟਾਲੀਆਣਾ ਸਾਹਿਬ ਜਿਹੜਾ ਸਕੂਲ ਰਾਏਕੋਟ ਦੇ ਵਿੱਚ ਆ ਉੱਥੇ ਲੱਗੀ। ਇਮੋਸ਼ਨਲ ਵੀਕਨੈਸ ਦੀ ਗੱਲ ਕੀਤੀ, ਇੱਕ ਗੱਲ ਮੈਨੂੰ ਬੜੀ ਅੱਛੀ ਲੱਗੀ ਕਿ ਕਿੱਥੇ ਅਸੀਂ ਡਾਕਟਰ ਸਾਹਿਬ ਖਾਸ ਕਰਕੇ ਸੁਧਾਰ ਦੇ ਵਿੱਚ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦਾ ਮਨਾਹੀ ਸੀ ਔਰ ਜੇ ਸੀ ਕਿ ਬਰਾਂਡੇ ਦੇ ਵਿੱਚ ਤੁਸੀਂ ਬਿਲਕੁਲ ਵੀ ਜਾਂ ਕਲਾਸ ਰੂਮ ਵਾਲੀ ਸਾਈਡ ਤੇ ਫੋਨ ਨਹੀਂ ਯੂਜ਼ ਕਰਨਾ, ਅਗਰ ਕਿਸੇ ਨੂੰ ਬਹੁਤ ਐਮਰਜੈਂਸੀ ਆ ਤਾਂ ਤੁਸੀਂ ਪਾਰਕਿੰਗ ਵਾਲੀ ਸਾਈਡ ਤੇ ਜਾ ਕੇ ਫੋਨ ਯੂਜ਼ ਕਰ ਸਕਦੇ ਹੋ। ਪਰ ਤੁਸੀਂ ਦੇਖੋ ਅੱਜ ਸਮਾਂ ਇੱਕਦਮ ਹੀ ਇੰਸਟੈਂਟਲੀ ਕਿੰਨਾ ਮੂਵ ਹੋ ਗਿਆ ਕਿ ਅਸੀਂ ਕਹਿ ਰਹੇ ਹਾਂ ਕਿ ਅੱਛੇ ਫੋਨ ਲੈ ਕੇ ਤੁਸੀਂ ਆਪਣਾ ਕੀ ਕਹਿੰਦੇ ਕਲਾਸਿਸ ਲਗਾਓ। ਤੋ ਇਹ ਸਮਾਂ ਬਦਲਦਾ ਰਹਿੰਦਾ। ਤੁਸੀਂ ਗੱਲ ਕੀਤੀ ਸੀ ਕਿ ਜਦੋਂ ਟੀਚਿੰਗ ਪ੍ਰੈਕਟਿਸ ਲੱਗਦੀ ਸੀ ਤਾਂ ਅਸੀਂ ਜਿਹੜੀ ਲੈਸਨ ਪਲਾਨ ਦੀ ਕਾਪੀ ਐਂ ਦਿਖਾਉਂਦੇ ਹੁੰਦੇ ਸੀ ਜਿੱਦਾਂ ਕਿਸੇ IPS ਆਫਿਸਰ ਦੀ ਡਾਇਰੀ ਹੋਵੇ, ਤਾਂ ਉਹ ਚੀਜ਼ ਵੀ ਬੜੀ ਵਧੀਆ ਲੱਗੀ ਸੱਚਮੁੱਚ। ਉਦੋਂ ਅਪਲਾਈ ਕਰਨ ਵਾਲੇ ਲੋਕ 80,000 ਦੇ ਕਰੀਬ ਜਾਂ 1,00,000 ਦੇ ਕਰੀਬ ਹੁੰਦੇ ਸੀ, ਪਰ ਸੀਟਾਂ ਸਿਰਫ ਗਿਣਤੀ ਮਿਣਤੀ ਦੀਆਂ 1,200-1,400 ਹੁੰਦੀਆਂ ਸੀ। ਤਾਂ ਜਿਹੜਾ ਵੀ ਵਿਦਿਆਰਥੀ ਇਸ ਵੇਲੇ BEd ਕਰ ਜਾਂਦਾ ਸੀ ਤਾਂ ਉਹ ਬਿਲਕੁਲ ਹੀ ਕਿਸੇ IAS IPS ਤੋਂ ਘੱਟ ਨਹੀਂ ਸੀ ਹੁੰਦਾ। ਜਿਹੜੀ ਤੁਸੀਂ ਆਸਕ ਵਾਲੀ ਗੱਲ ਦੱਸੀ ਆ, ਨੌਲੇਜ ਸਕਿੱਲ ਤੇ ਐਟੀਚਿਊਡ ਵਾਲੀ ਗੱਲ, ਮੇਰਾ ਖਿਆਲ ਵਿਦਿਆਰਥੀ ਇਹਨੂੰ ਸਦਾ ਯਾਦ ਰੱਖਣਗੇ ਔਰ ਆਪਣੇ ਜਹਿਨ ਦੇ ਵਿੱਚ ਵਸਾ ਲੈਣਗੇ ਕਿ ਇੱਕ ਅੱਛਾ ਟੀਚਰ ਜਿਹੜਾ ਹੈਗਾ ਉਹਦੇ ਕੋਲ ਇਹ ਤਿੰਨੋਂ ਗੱਲਾਂ, ਨੌਲੇਜ ਤੇ ਸਕਿੱਲਸ ਤੇ ਐਟੀਚਿਊਡ ਦੀ ਗੱਲ ਆ, ਉਹ ਹਮੇਸ਼ਾ ਰਹਿਣਗੀਆਂ। ਇੱਕ ਮੈਂ ਚੀਜ਼ ਹੋਰ ਇਹਦੇ ਚ ਥੋੜਾ ਜਿਹਾ ਮੈਨੂੰ ਅੱਛੀ ਲੱਗੀ ਕਿ ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਜਿਹੜਾ ਅਗਲਾ ਵਿਸ਼ ਨਹੀਂ ਕਰਦਾ ਹੁੰਦਾ, ਅਗਲੇ ਤੋਂ ਕਰਵਾਈ ਜਾਂਦੀ ਹੁੰਦੀ ਹੈ, ਮਤਲਬ ਅਗਲਾ ਸਾਹਮਣੇ ਵਾਲਾ ਬੰਦਾ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਂਦਾ ਹੁੰਦਾ। ਤਾਂ ਮੈਨੂੰ ਵੀ ਮੇਰੇ ਬਜ਼ੁਰਗਾਂ ਨੇ ਇਹੀ ਸਿਖਾਇਆ ਸੀਗਾ ਕਿ ਸਤਿ ਸ਼੍ਰੀ ਅਕਾਲ ਅਗਲੇ ਤੋਂ ਬੁਲਵਾਈ ਜਾਂਦੀ ਹੁੰਦੀ ਆ। ਜਦੋਂ ਸਾਹਮਣੇ ਵਾਲਾ ਬੰਦਾ ਤੁਹਾਨੂੰ ਬੁਲਾ ਰਿਹਾ, ਚਾਹੇ ਉਹ ਏਜ ਦੇ ਵਿੱਚ ਛੋਟਾ ਜਾਂ ਵੱਡਾ, ਤੇ ਤੁਸੀਂ ਉਹਦੀ ਸਤਿ ਸ਼੍ਰੀ ਅਕਾਲ ਦਾ ਜਵਾਬ ਇਸ ਢੰਗ ਨਾਲ ਦੇਣਾ ਕਿ ਉਹਨੂੰ ਵਾਕਿਆ ਹੀ ਲੱਗੇ ਕਿ ਵੀ ਮੈਂ ਇੱਕ ਅੱਛਾ ਕੰਮ ਕੀਤਾ। ਉਹਨੂੰ ਰਿਸੀਵ ਕਰੋ, ਉਹਨੂੰ ਵਾਪਸ ਜਵਾਬ ਦਿਓ ਉਹਦਾ। ਨਹੀਂ ਤੁਸੀਂ ਦੇਖਿਆ ਹੋਣਾ ਜ਼ਿਆਦਾਤਰ ਟੀਚਰ ਜਾਂ ਉਹ ਮਤਲਬ ਰਿਸਪੋਂਡ ਹੀ ਨਹੀਂ ਕਰਦੇ ਕਿ ਇਹ ਤਾਂ ਵਿਦਿਆਰਥੀਆਂ ਦਾ ਕੰਮ ਹੁੰਦਾ, ਪਰ ਨਹੀਂ, ਇੱਕ ਅਧਿਆਪਕ ਨੇ ਜੇ ਤੁਹਾਨੂੰ ਕੋਈ ਬੱਚਾ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਤਾਂ ਉਹਦਾ ਨਾਮ ਲੈ ਕੇ ਉਹਨੂੰ ਪਿਆਰ ਦੇ ਨਾਲ ਉਹਦੀ ਸਤਿ ਸ਼੍ਰੀ ਅਕਾਲ ਦਾ ਜਵਾਬ ਦੇਣਾ। ਮਤਲਬ ਇੱਕ ਜੋ ਅੱਛੀ ਤੁਸੀਂ ਰਿਲੇਸ਼ਨਸ਼ਿਪ ਦੀ ਗੱਲ ਕੀਤੀ ਆ, ਇੱਕ ਪਿਊਪਲ ਟੀਚਰ ਦਾ ਰਿਲੇਸ਼ਨਸ਼ਿਪ ਆ, ਉਹਨੂੰ ਸਟਰੋਂਗ ਬਣਾ ਕੇ ਰੱਖਣਾ। ਤੋ ਡਾਕਟਰ ਸਾਹਿਬ, ਤੁਸੀਂ ਬਹੁਤ ਅੱਛੀਆਂ ਗੱਲਾਂ ਵਿਦਿਆਰਥੀਆਂ ਨਾਲ ਸ਼ੇਅਰ ਕੀਤੀਆਂ ਔਰ ਸਭ ਤੋਂ ਅੱਛੀ ਗੱਲ ਇਹ ਲੱਗੀ ਕਿ ਤੁਸੀਂ
अपने कॉलेज नूं अज भी उन्ना ही याद करते हो और अज भी उस संस्था नाल जुड़े हुए हैं। एक बार फिर तो कॉलेज मैनेजमेंट वालियों, प्रिंसीपल सर वालियों, समूह स्टाफ वालियों ते विद्यार्थियों वालियों तुहाडा तो तय दिलों धन्यवाद सर। और तुसी टाइम कढ़िया, मैनू पता कि जिदा अपनी गल हुई सी कि मैनेजमेंट दीआं मीटिंग्स तुहाडीआं चल रही सी, पर फिर भी तुसी टाइम कढ़िया, बहुत बहुत धन्यवाद सर। थैंक यू सर, थैंक्स अ लॉट। ओके, थैंक यू।